ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਮਨ ਦੀ ਇਕਾਗਰਤਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜ ਕੇ ਸਿਮਰਨ ਦੁਆਰਾ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੁਰਤ ਦੀ ਨੇੜਤਾ ਪ੍ਰਾਪਤ ਕਰਨ ਵਾਸਤੇ ਉਦਮ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਕਿਰਪਾ ਕਰੋ ਗੱਜ ਵੱਜ ਕੇ ਪਿਆਰ ਵਿੱਚ ਗੁਰਮੰਤਰ ਦਾ ਸਿਮਰਨ ਕਰੀਏ। ਸਾਰੇ ਜਪੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ
तेरे आसरे मेरा बेड़ा जी गरीब दा, तेरे आसरे मेरा बेड़ा जी गरीब दा। मेरा बेड़ा जी गरीब दा, 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 तेरे आसरे मेरा बेड़ा जी गरीब दा, तेरे आसरे मेरा बेड़ा जी गरीब दा, कोई ना किसी संग काहे गर्बिए, एक नाम आधार पौजल तरबिए, राज माल जंजाल काज ना किते गनो, हर कीर्तन आधार निहचल एहो तनो, जेते माया रंग तेत पछावया, सुख का नाम निदान गुरमुख गावया, मैं गरीब सच टेक तू मेरे सतगुर पूरे, देख तुम्हारा दर्शन मेरा मन धीरे, सच्चा गुणी निधान तू प्रभ, सच्चा गुणी निदान तू प्रभ, गहर गंभीरे आस भरोसा खसम का, न
नानक के जियरे तेरे आसरे मेरा बेड़ा जी गरीब दा 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 मेरा बेड़ा जी गरीब दा बेड़ा जी गरीब दा बेड़ा जी गरीब दा बेड़ा जी गरीब दा मेरा बेड़ा जी गरीब दा बेड़ा जी गरीब दा तेरे आसरे मेरा बेड़ा जी गरीब दा तेरे आसरे मेरा बेड़ा जी गरीब दा जग जोत तख्त चवर छत्र दे मालक बाणी गुरु शब्द गुरु तन 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 सतगुरु साहिब श्री गुरु ग्रंथ साहिब सच्चे पातशाह जी की पावन पवित्र हजूरी विच जुड़ बैठी गुरु रूप सात संगत जीओ आओ समुचियां संगतां साहिब जी दे चरणां विच सीस झुकाईए कोई भी रसना वांझी ना रहे सारे प्यार नाल फतेह बुलाओ जी वाहिगुरु जी का खालसा वाहिगुरु जी की फतेह सतगुरां दी बख्शी सदका आप जी समुची संगत गुरु पातशाह जी दे पावन स्थान ते हर महीने की तरह इन्हां विशेष समागमां विच हाजरियां भरन वास्ते पहुंचे हो आओ जिन्ना कु समां सतगुरु सच्चे पातशाह जी ने टुट के सानू दिता है मन मिरदियां नूं ख्यालां नूं एकाग्र करके सतगुरु सच्चे पातशाह जी दे चरणां दे विच अपने आपे नूं समर्पित करके बैठिए
ਤਾਂ ਜੋ ਸਮਾਂ ਸਫਲਾ ਹੋ ਸਕੇ, ਗੁਰੂ ਪਾਤਸ਼ਾਹ ਜੀ ਦਾ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਹਿਰਦਿਆਂ ਵਿੱਚ ਵਸ ਜਾਏ। ਅਜੇ ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ, ਬਹੁਤ ਸਾਰੀਆਂ ਸੰਗਤਾਂ ਨੇ ਬਾਹਰ ਮੇਲਾ ਸਮਝਿਆ ਹੋਇਆ, ਤੁਰੀਆਂ ਫਿਰਦੀਆਂ, ਬਹੁਤ ਦੁੱਖ ਹੁੰਦਾ ਮਨ ਨੂੰ ਗੁਰਮੁਖੋ, ਜਦੋਂ ਕਿਸੇ ਦੂਰ ਦੇ ਇਲਾਕੇ ਵਿੱਚ ਜਾਈਏ, ਦੀਵਾਨ ਹੋਣ ਸੰਗਤਾਂ ਦੇ ਮਨਾਂ ਵਿੱਚ ਕਿਤਨਾ ਉਤਸ਼ਾਹ, ਕਿਤਨਾ ਚਾਅ, ਕਿਤਨੀਆਂ ਉਮੰਗਾਂ ਹੁੰਦੀਆਂ। ਪਰ ਜਿਸ ਸਥਾਨ ਤੇ ਪਿਛਲੇ 20-22 ਸਾਲਾਂ ਤੋਂ ਇਹੀ ਬੇਨਤੀਆਂ ਕੀਤੀਆਂ ਜਾ ਰਹੀਆਂ ਕਿ ਭਾਈ ਸਤਸੰਗਤ ਨੂੰ ਸਤਸੰਗਤ ਸਮਝੋ, ਪਹਿਲਾਂ ਸਾਡੇ ਕੋਲ ਬਹਾਨਾ ਸੀ ਕਿ ਬੈਠਣ ਵਾਸਤੇ ਜਗ੍ਹਾ ਨਹੀਂ, ਗਰਮੀ ਹੁੰਦੀ ਹੈ। ਹੁਣ ਗੁਰਮੁਖ ਪਿਆਰਿਓ, ਆਪਣੇ ਮਨ ਦੇ ਨਾਲ ਆਪਣੀ ਸੁਰਤ ਨਾਲ ਆਪਾਂ ਆਪ ਹੀ ਵਿਚਾਰ ਕਰਨੀ ਹੈ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਕਹਿੰਦੀ ਹੈ, ਅਨਕਾਏ ਰਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਈ ਨਾ ਬੇਲੀ ਰਾਮ, ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੇ ਰਸਨਾ, ਫਿਰ ਕਦੋਂ ਸੇ ਦੇਹ ਆਵੇ। ਮਹਾਰਾਜ ਜੀ ਕਹਿੰਦੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਵੀ ਬਹਾਨੇ ਬਣਾਉਂਦਾ ਹੈ, ਮਹਾਰਾਜ ਦੇ ਚਰਨਾਂ ਵਿੱਚ ਆਉਣ ਨੂੰ ਤੇਰਾ ਦਿਲ ਨਹੀਂ ਕਰਦਾ, ਉਹ ਦਿਨ ਕਦੋਂ ਆਉਣਗੇ, ਉਹ ਸਮਾਂ ਕਦੋਂ ਆਏਗਾ ਜਦੋਂ ਤੂੰ ਦਿਲ ਕਰਕੇ ਮਨ ਕਰਕੇ ਭੱਜ ਭੱਜ ਕੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਬੈਠੇਗਾ ਤੇ ਨਾਮ ਸਿਮਰੇਗਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸਾਰੀ ਸੰਗਤ ਪੜ੍ਹ ਲਈਏ ਪਿਆਰ ਨਾਲ, ਕਿਸੇ ਇੱਕ ਅੱਧੇ ਦੇ ਹਿਰਦੇ ਨੂੰ ਛੂ ਜਾਏ ਗੁਰੂ ਦਾ ਹੁਕਮ। ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਗਾ, 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 ਨਾਮ ਜਪੇਗਾ ਜਦ ਤੂੰ ਨਾਮ ਜਪੇਗਾ, ਨਾਮ ਜਪੇਗਾ, ਨਾਮ ਜਪੇਗਾ, ਕਦੋਂ ਆਉਣਗੇ ਜਦ ਤੂੰ ਨਾਮ ਜਪੇਗਾ, ਉਹ ਦਿਨ ਕਦੋਂ ਆਉਣਗੇ ਜਦ ਤੂੰ ਨਾਮ ਜਪੇਗਾ, ਨਾਮ ਜਪੇਗਾ।
गुण गोपाल ना जपे रसना फिर कदों से दे आवे ओ दिन ओ समा कदों आए जदों नाम जपेगा तू सुरत करके ध्यान करके मन करके आओ अरदास करिए बेनती करिए सच्चे पातशाह कृपा कर दियो बख्शिश कर दियो खिंच लो सानू अपने चरणा वल खिंच लो अपनी हजूरी वल खिंचो अपने निकट बुला के सानू सारियां नू अपना प्यार बख्शिश करो सारी संगत बोलो सतनाम श्री वाहिगुरु। कल जो दिहाड़ा लंघ के गया ना गुरमुखो तन तन साहिब श्री गुरु हर कृष्ण साहब सच्चे पातशाह जी का ज्योति जोत दिवस नौवें पातशाह साहब श्री गुरु तेग बहादुर सच्चे पातशाह जी का गुरता गद्दी दिवस समुचे विश्व विच प्यार भावना श्रद्धा ते सत्कार वाली संगतां ने मनाउण दी सेवा साहब जी दे चरणां विचों प्राप्त कीती। आओ गुरु तेग बहादुर सच्चे पातशाह जी दे जीवन विचों आपां कुछ विचारां दी सांझ लैणी है अरदास बेनती जोदड़ी करके जिन्हां बचनां दा कीर्तन साहब जी ने सानूं बख्शिश कीता है। कोई ना किसी ही संग काहे गर्बी है एक नाम आधार भवजल तरबी है। साहब जी कहिंदे जदों गुरु दे चरणां विच आ के तैनूं इह उपदेश मिलदा है कि दुनियावी मित्रता मिथ्या है झूठी है वक्ती है बिनसन वाली है फिर तू अपने मन दे विच हंकार क्यों करदा है गर्व क्यों करदा है। परमात्मा दे घर विच गर्व नूं हंकार नूं रंचक मात्र भी प्रवानगी नहीं। साहब जी कहिंदे कोई ना किसी ही संग काहे गर्वी है एक नाम आधार भवजल तरबी है। इको एक परमात्मा का नाम जिदे आसरे इस संसार समुद्र तो पार होया जा सकता है। राज माल जंजाल काज ना किता गनो हर कीर्तन आधार निश्चल एहो तनो। राज भाग पदवियां माल जिंदगी दी संपत्ति रास पूंजी धन दौलत आदि साहब जी कहिंदे इह सब कुछ जदों बंदा हंकार दा शिकार हो जांदा है इह जंजाल बन के जिंदगी दे असली आनंद दे कोल इंसान नूं पहुंचण नहीं दिंदे। राज माल जंजाल काज ना कीता गनो इन्हां नूं अपने जीवन विच जिथे तू सदीवी निभण वालियां वस्तां दी लिस्ट बनाएगा उथे किते भी इन्हां ने टिकणा नहीं इन्हां नूं दर्ज ना करी क्योंकि सारियां इत्थे दियां इत्थे रह जाणियां। राज माल जंजाल काज ना किते गनो हर कीर्तन आधार निश्चल एहो तनो। आ जिहड़ा धन है गुरमुखो जिहड़ा इकट्ठा करन वास्ते आपां आए परमात्मा दी सिफत दा धन करता पुरख वाहगुरु की कीर्ति का धन ओदियां वडियाईयां का धन। साहब जी कहिंदे इह जिहड़ा धन है जिहड़ा नाल निभण वाला है जिहड़ा नाल चलण वाला है जिहड़ा धन निचल है जिवें परमात्मा निचल है ना गुरमुखो उस तरह ओहदा नाम ओहदी सिफत ओहदियां वडियाईयां भी निचल हन। सारी संगत बोलो सतनाम श्री वाहिगुरु। ਇਹ ਬਿਰਾਗ ਭਰੇ ਵਚਨ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਉਂ ਬਖਸ਼ੇ ਹੈ ਕਿਤੇ ਸਾਡਾ ਮਨ ਇਹਨਾਂ ਦੀ ਪਕੜ ਵਿੱਚੋਂ ਇਹਨਾਂ ਦੀ ਗ੍ਰਿਫਤ ਵਿੱਚੋਂ ਇਹਨਾਂ ਦੇ ਪੰਜੇ ਵਿੱਚੋਂ ਬਾਹਰ ਨਿਕਲ ਕੇ ਗੁਰੂ ਦੇ ਚਰਨਾਂ ਦਾ ਦਾਸ ਸੇਵਕ ਭਵਰਾ ਬਣ ਕੇ ਉਸ ਪਰਮ ਪਿਤਾ ਪਰਮਾਤਮਾ ਦੀ ਨੇੜਤਾ ਪ੍ਰਾਪਤ ਕਰਨ ਵਾਸਤੇ ਅਗਲੇਰੇ ਪੰਧ ਵੱਲ ਵੱਧ ਸਕੇ। साहब जी कहते ने निचल एहो धनो ए सदीवी धन
पर साडे मन दा सुभा की है। काचा धन संचै मूर्ख गवार, सारी जिंदगी आपां कच्चे धन दा संचन करन वास्ते इकट्ठा करन वास्ते ही उद्यम करदे हां। कोई वडभागी कोई विरला, जिन्हां विरलियां दे विच मैनूं जापदा कि आपां सारियां संगतां महाराज दी बख्शिश दे पात्र हां, जिहड़े समां कढ के इस निचल धन नूं कमाउण वास्ते इकट्ठियां करन वास्ते साहिब जी दे चरणां च पहुंचे। साहिब जी वचन करदे ने, जेते माया रंग तेत पछावया, परछावें दी तरह ढल जाण वाले खत्म हो जाण वाले सदीवी नहीं हन। जिन्ने भी तू माया दे रंग देखदा है, हुण माया दे रंग की ने गुरमुखो, जिहड़ी चीज सानू परमात्मा दे चरणां तों दूर लै जाए उह सब कुछ ही माया है। गुरु अमरदास सच्चे पातशाह जी कहिंदे ने, ए माया जित हर विसरै, मोह उपजै भाउ दूजा लाया। जिहड़ी सानू वाहिगुरु दे चरणां नाल तोड़ के किसे दूसरे नाल जोड़ देवे, दूजे भाव विच साडे मन नूं जोड़ देवे, वह सब कुछ ही माया है। वह परिवार भी हो सकता है, वह संसार भी हो सकता है, वह कारोबार भी हो सकता है, जिहड़ा सानू परमात्मा दे चरणां नाल जोड़ के खिमा करना तोड़ के दूर ले जाए। गुरसिख ने सतगुरु सच्चे पातशाह जी के चरणों में आके यही जुगत यह सबक सीखना है, अपने अंदर दृढ़ करना है। वह जुगत लैनी गुरु के चरणों के विचों, परिवार विच रहिंदियां खांदियां हसदियां खेडदियां आपां इन्हां तों उपर उठ के परमात्मा के चरणों की नेड़ता विच रह सकीए। यह जुगत गुरु पातशाह जी ने सानू बख्शिश करनी है। साहब जी कह रहे ने, जेते माया रंग तेत पछावया, सुख का नाम निदान गुरमुख गावया। निदान कहिंदे आ खजाने नूं, इत्थे गुरमुख दे खखे नूं सिहारी लाई है गुरु पातशाह जी ने। ओ परमात्मा दे नाम दा खजाना गुरु दे चरणां विचों प्राप्त करके गुरु वल मुख करके तुरन वाले गुरसिखां ने प्यार नाल संभालिया, उन्हूं गाया, उन्हूं याद कीता। सारी संगत बोलो सतनाम श्री वाहिगुरु। अपनी मर्जी नाल नहीं, अपनी मत नाल नहीं, अपने घर बैठ के ही नहीं, गुरु द्वारे आके गुरु दे चरणां नाल जुड़ के गुरु दे चरण फड़ के गुरु वाले बन के अपनी मत दा त्याग करके वह परमात्मा दे नाम दे खजाने नूं गुरमुखां ने संभाल के अपने हिरदे च वसाया ते उस नाम दी ठंड नूं माणदिआं होइआं अठे पैर नाम दे गीत नाम दे सोहले गाउंदे रहे। जेते माया रंग तेत पछावया, सुख का नाम निदान गुरमुख गावया। मैं गरीब सच टेक तों मेरे सतगुरु पूरे, किस अवस्था विचों बोलना है, किस लहजे विचों बोलना अपने प्यारे नाल, किस भाव दे विच जाके अपने सतगुरु सच्चे पातशाह जी दे चरणां दे नाल संबंध बनाउणा है, बचना करके कर्मा करके अते हिरदे करके। अपने आप नूं गरीब, अपने आप नूं तुच्छ, अपने आप नूं नचीज, अपने आप नूं छोटा, अपने आप नूं ना समझ जाणदिआं होइआं गुरु दे चरणां विच जाके खलोणा। गुरमुखो, इह जिहड़ी गरीबी है ना, इह गरीबी ही सिख दी दौलत है। जिहड़ी संसार दी गरीबी है उह दलिद्र है, उह रोग है। उस गरीबी नूं ते सतगुरु सच्चे पातशाह जी ने दूर कीता। महाराज जी कहिंदे, इन गरीब सिखन को देऊं पातशाही। साडियां गरीबियां नूं कटिया महाराज जी ने, सानू अंदर दियां पातशाहियां दित्तियां उन्हां ने। बाहरली गरीबी दी गल नहीं, अंदरली गरीबी सिख नूं मिल जाए जिहदी बाबत भाई गुरदास जी ने
ਆਪਣੇ ਪਵਿੱਤਰ ਬਚਨਾਂ ਵਿੱਚ ਆਖਿਆ, ਹਉ ਤਿਸ ਘੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਆਓ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ। ਸਾਰੀਆਂ ਸੰਗਤਾਂ ਹੱਥ ਜੋੜ ਕੇ ਝੋਲੀਆਂ ਫੈਲਾ ਕੇ ਅੱਜ ਗੁਰੂ ਦੇ ਚਰਨਾਂ ਵਿੱਚੋਂ ਇਹ ਕੁਝ ਲੈ ਕੇ ਜਾਈਏ। ਸਾਡੀਆਂ ਭੋਲੀਆਂ ਮਤਾਵਾਂ, ਭੋਲੇ ਭਾਲੇ ਬਜ਼ੁਰਗ ਕਹਿੰਦੇ ਪੂਰਨਮਾਸ਼ੀ ਹੈ ਜੀ, ਚੱਲੀਏ ਗੁਰਦੁਆਰਾ ਸਾਹਿਬ, ਦੁੱਧ ਚੜਾਵਾਂਗੇ, ਕੁਝ ਮੰਗਾਂਗੇ। ਮੁਬਾਰਕ ਹੈ ਆਪ ਜੀ ਨੂੰ, ਕਿਸੇ ਨਾ ਕਿਸੇ ਬਹਾਨੇ ਤੁਹਾਡਾ ਦਿਲ ਕੀਤਾ ਗੁਰੂ ਦੇ ਚਰਨਾਂ ਵਿੱਚ ਆਉਣ ਵਾਸਤੇ। ਪਰ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਝੋਲੀਆਂ ਫੈਲਾ ਕੇ ਕੀ ਮੰਗਣਾ? ਸਾਰੀ ਸੰਗਤ ਬੋਲਿਓ, ਕੋਈ ਰਸਨਾ ਵਾਂਝੀ ਨਾ ਰਹੇ। ਕਿਰਪਾ ਕਰਕੇ ਗੁਰੂ ਜੀ ਸਾਨੂੰ ਦੇ ਦਿਓ ਦਾਤ ਗਰੀਬੀ ਦੀ, ਕਿਰਪਾ ਕਰਕੇ ਗੁਰੂ ਜੀ ਸਾਨੂੰ ਦੇ ਦਿਓ ਦਾਤ ਗਰੀਬੀ ਦੀ। ਕਿਰਪਾ ਕਰਕੇ ਗੁਰੂ ਜੀ ਸਾਨੂੰ ਦੇ ਦਿਓ ਦਾਤ ਗਰੀਬੀ ਦੀ, ਕਿਰਪਾ ਕਰਕੇ ਗੁਰੂ ਜੀ ਸਾਨੂੰ ਦੇ ਦਿਓ ਦਾਤ ਗਰੀਬੀ ਦੀ। ਮਨ ਦੀ ਨਿਮਰਤਾ, ਮਨ ਦੀ ਗਰੀਬੀ, ਜਿਹਦਾ ਖਜ਼ਾਨਾ, ਜਿਹਦਾ ਭੰਡਾਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਜਗ ਜਲੰਦੇ ਨੂੰ ਤਾਰਨ ਵਾਸਤੇ ਵੰਡ ਕੇ ਗਏ। ਅਰਦਾਸ ਕਰੀਏ ਸਾਹਿਬ ਜੀ, ਉਸ ਖਜ਼ਾਨੇ ਦਾ ਕੁਝ ਹਿੱਸਾ, ਕੁਝ ਕਿਣਕਾ ਸਾਡੀ ਝੋਲੀ ਵਿੱਚ ਵੀ ਪਾ ਦੇ। ਮੈਂ ਗਰੀਬ ਕਿਸ ਲਹਿਜੇ ਵਿੱਚ ਬੋਲਣਾ? ਗੁਰੂ ਦੇ ਚਰਨਾਂ ਵਿੱਚ ਜਾ ਕੇ ਮੈਂ ਗਰੀਬ ਹਾਂ, ਮੈਂ ਤੁੱਛ ਹਾਂ, ਮੇਰੇ ਅੰਦਰ ਭਗਤੀ ਦਾ ਗੁਣ ਨਹੀਂ, ਪਿਆਰ ਦਾ ਗੁਣ ਨਹੀਂ, ਨਿਮਰਤਾ ਨਹੀਂ, ਸਹਿਜ ਨਹੀਂ, ਮਨ ਦਾ ਟਿਕਾਓ ਨਹੀਂ, ਇਹ ਹੈ ਗਰੀਬੀ ਗੁਰਮੁਖ। ਬਾਹਰ ਦੀ ਦੌਲਤ ਕੋਈ ਮਾਇਨੇ ਨਹੀਂ ਰੱਖਦੀ ਜੇ ਅੰਦਰ ਦੀ ਦੌਲਤ ਸਾਡੇ ਪਾਸ ਨਾ ਹੋਵੇ, ਸ਼ਾਂਤੀ ਨਾ ਹੋਵੇ, ਟਿਕਾ ਨਾ ਹੋਵੇ, ਧੀਰਜ ਨਾ ਹੋਵੇ, ਖਿਮਾ ਨਾ ਹੋਵੇ, ਮਿੱਠ ਬੋਲੜਾ ਸੁਭਾਅ ਨਹੀਂ ਸਾਡੇ ਕੋਲ, ਤੇ ਸਮਝ ਲਓ ਗੁਰੂ ਨਾਨਕ ਦੇ ਖਜ਼ਾਨਿਆਂ ਦੇ ਵਿੱਚੋਂ ਅਜੇ ਬਖਸ਼ਿਸ਼ਾਂ ਤੋਂ ਆਪਾਂ ਵਾਂਝੇ। ਅਜੇ ਅੰਦਰੂਨੀ ਤੌਰ ਤੇ ਜੀਵਨ ਸਾਡਾ ਜਿਹੜਾ ਨਾ, ਉਹ ਭਿਖਾਰੀਆਂ ਵਾਲਾ, ਗਰੀਬਾਂ ਵਾਲਾ ਅਤੇ ਮੰਗਤਿਆਂ ਵਾਲਾ। ਮੈਂ ਗਰੀਬ ਸੱਚ ਟੇਕ ਤੋਂ, ਤੇਰੀ ਜਿਹੜੀ ਟੇਕ ਹੈ ਨਾ ਮੇਰੇ ਪ੍ਰੀਤਮਾ, ਉਹ ਸੱਚੀ ਹੈ। ਮੈਂ ਦੁਨੀਆਂ ਦੇ ਸਾਰੇ ਆਸਰੇ ਤੱਕ ਕੇ ਦੇਖ ਲਏ, ਦੁਨੀਆਂ ਦੀਆਂ ਸਾਰੀਆਂ ਓਟਾਂ, ਸਾਰੇ ਸਹਾਰੇ ਵਕਤੀ ਨੇ, ਖੁਦ ਗਰਜੀ ਦੇ ਨਾਲ ਭਰੇ ਹੋਏ ਮੈਨੂੰ ਨਜ਼ਰ ਆਉਂਦੇ ਆ। ਤਾਂ ਹੀ ਬਾਣੀ ਦੇ ਵਿੱਚ ਬਚਨ ਆਏ, ਹਉ ਵਾਰੀ ਵੰਝਾਂ ਘੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ, ਹਉ ਬਲ ਜਾਈ ਲੱਖ 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 ਬਰੀਆ, ਜਿਨ ਭਰਮ ਪਰਦਾ ਖੋਲਾ ਰਾਮ। ਕਦੇ ਆਪਾਂ ਅਰਦਾਸ ਕਰਦੇ ਹਾਂ
तू मेरो मेर पर्वत स्वामी ओट गही मैं तेरी ना तुम डोलो ना हम गिरते रख लीनी हर मेरी मना जे आसरा लेना है जे सहारा लेना है तिनके दा सहारा ना लई पर्वत दा सहारा लई पर्वत कदे डोलदा नहीं पर्वत नू फड़ी सतगुरु सच्चे पातशाह जी कहंदे तू पर्वत मेरा ओला राम मेरे प्रीतमा मैं तेरा सहारा फड़िया तेरा लड़ फड़िया तू अडोल है ते मैनू अंदर दी अडोलता बख्शेगा सारी संगत बोलो सतनाम श्री वाहिगुरु मैं गरीब सच टेक तो मेरे सतगुरु पूरे अज ससराम दी धरती दे उत्ते गुरु तेग बहादुर सच्चे पातशाह जी दे चरणा नू प्यार करन वाला एक गुरसिख जिदा नाम भाई फग्गू गुरु इतिहास दे विच आया घर विच माया दी कमी नहीं है पर मन दी गरीबी मन दी निम्रता दा खजाना गुरु पातशाह जी ने बख्शिश कीता होया अपनी किरत करके जीवन दा बसर करदा है नाल दी नाल अपना फर्ज जान के एक सेवा निभाउंदा है उह सेवा की है अपने इलाके विच विचर के गुरसिख परिवारां विच जाके उहनां तों माया इकट्ठी करनी ते आनंदपुर साहिब दी धरती ते गुरु तेग बहादुर सच्चे पातशाह जी दे चरणां दे विच महाराज जी दे दरबार दे विच ਉਹ ਸੰਗਤਾਂ ਵੱਲੋਂ ਇਕੱਤਰ ਕੀਤੀ ਹੋਈ ਮਾਇਆ ਉਹ ਦਸਵੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪਹੁੰਚਾ ਲੈਣਾ ਔਖੀ ਹੈ ਸੇਵਾ ਗੁਰਮੁਖੋ ਬੜੇ ਇਲਜ਼ਾਮ ਲਾਉਂਦੀ ਦੁਨੀਆ ਬਹੁਤ ਕੁਝ ਬੋਲਦੀ ਦੁਨੀਆ ਪਰ ਰੱਬ ਦੇ ਪਿਆਰੇ ਜਿਨ੍ਹਾਂ ਦੀ ਅਵਸਥਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਬਚਨਾਂ ਵਿੱਚ ਦੱਸੀ हर जन राम नाम गुण गावे जे को निंद करे हर जन की अपना गुण ना गवावे गुण की है भावे दुनिया निंदिया करे इल्जाम लावे तुहीन करे मंदे बोल बोले अपना गुण ना गवावे दा अर्थ की है जेड़ा गुण गुरु दी कृपा नाल टिका दा सहज दा अंदर बनिया होया है ਉਹ ਆਪਣੀ ਸਹਿਜ ਨੂੰ ਆਪਣੀ ਧੀਰਜ ਨੂੰ ਗਵਾਉਂਦਾ ਨਹੀਂ ਧੀਰਜ ਬਹੁਤ ਵੱਡੀ ਦਾਤ ਹੈ ਗੁਰਮੁਖੋ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉਂ ਵਸਦਾ ਕੋਊ ਖੋਦੈ ਕੋਊ ਚੰਦਨ ਲੇਪ ਅੱਜ ਜਿੰਨੇ ਵੀ ਸੰਸਾਰ ਦੇ ਵਿੱਚ ਝਗੜੇ ਹੋ ਰਹੇ ਆ ਨਾ ਗੁਰਮੁਖੋ 50% ਤੋਂ ਜ਼ਿਆਦਾ ਜਿਹੜਾ ਕਲੇਸ਼ ਹੈ ਸਾਡੇ ਘਰਾਂ ਵਿੱਚ ਸਾਡੇ ਸਮਾਜ ਵਿੱਚ ਸਾਡੇ ਪਰਿਵਾਰ ਵਿੱਚ ਉਹਦਾ ਕਾਰਨ ਇੱਕੋ ਹੀ ਹੈ ਕਿ ਸਾਡੇ ਜੀਵਨ ਵਿੱਚ ਧੀਰਜ ਹੈ ਨਹੀਂ ਟਿਕਾ ਹੈ ਨਹੀਂ ਕੋਈ ਮਾੜੀ ਜੀ ਗੱਲ ਕਹਿ ਦੇਵੇ ਨਾਲ ਦੀ ਨਾਲ ਅਸੀਂ ਆਪੇ ਤੋਂ ਬਾਹਰ ਹੋ ਜਾਂਦੇ ਹਾਂ ਆਪਣਾ ਆਪਾ ਖੋ ਲੈਂਦੇ ਹਾਂ ਜਿੰਨੀਆਂ ਵੀ ਜੇਲ੍ਹਾਂ ਭਰੀਆਂ ਹੋਈਆਂ ਨਾ ਗੁਰਮੁਖੋ ਉਹਨਾਂ ਲੋਕਾਂ ਨੇ ਭਰੀਆਂ ਹੋਈਆਂ ਜਿਨ੍ਹਾਂ ਦੇ ਜੀਵਨ ਵਿੱਚ ਧੀਰਜ ਹੈ ਨਹੀਂ ਸੀ ਅੱਜ ਉਹਨਾਂ ਨੂੰ ਜਾ ਕੇ ਆਪਾਂ ਮਿਲੀਏ ਮੁਲਾਕਾਤ ਕਰੀਏ ਭਾਈ ਤੁਸੀਂ ਜੇਲ੍ਹ ਦੀ ਕੈਦ ਕੋਠੜੀ ਵਿੱਚ ਕਿਵੇਂ ਆ ਗਏ ਕਹਿੰਦੇ ਜੀ 5 ਕੁ ਮਿੰਟ ਦਾ ਹੀ ਸਮਾਂ ਲੱਗਿਆ ਆਪਣਾ ਆਪਾ ਗਵਾ ਬੈਠੇ ਮਨ ਤੇ ਕਾਬੂ ਨਾ ਰੱਖਿਆ ਕਿਸੇ ਨੂੰ ਕਤਲ ਕਰ ਬੈਠੇ ਤੇ ਹੁਣ ਸਾਰੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵਕਤ ਕੱਟਦਿਆਂ ਰੋ ਰੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਧੀਰੇ ਦੀ ਦਾਤ ਦਿੱਤੀ ਹੈ हर जन राम नाम गुण गावे जे को निंद करे हर जन की अपना गुण ना गवावे भगतां दी वाणी नूं पढ़िए बड़ियाई करन वाले ते कोई सी विरले विरले गुरमुखो निंदिया करन वालियां दी तादाद वड्डी सी इसे करके भगतां नूं अपनी पवित्र बाणी दे विच बारंबार ये वचन दर्ज करने पए भगत कबीर जी कहिंदे निंदो निंदो ਮੋਕੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਉਹਤੇ ਨਿੰਦਕਾਂ ਨੂੰ ਆਵਾਜ਼ਾਂ ਦੇ ਕੇ ਕਹਿੰਦੇ ਐ ਮੇਰੇ ਸੱਜਣੋ ਮੇਰੇ ਮਿੱਤਰੋ ਮੇਰੀ ਨਿੰਦਿਆ ਕਰੋ ਮੇਰੀ ਨਿੰਦਿਆ ਕਰੋ
ਭਗਤ ਕਬੀਰ ਜੀ ਦੇ ਨਿਵਾਸ ਸਥਾਨ ਦੇ ਨੇੜੇ ਨਾ ਗੁਰਮੁਖੋ ਇੱਕ ਕੋਈ ਵਿਦਵਾਨ ਪੰਡਿਤ ਸੀ। ਆਪਾਂ ਵਿਚਾਰ ਦੀ ਲੜੀ ਨੂੰ ਅੱਗੇ ਲੈ ਕੇ ਜਾਵਾਂਗੇ। ਦਾਸ ਦੇ ਸਾਹਮਣੇ ਇਹ ਪ੍ਰਮਾਣ ਆ ਗਿਆ। ਉਹਨੇ ਆਪਣੀ ਵਿਦਵਤਾ ਦੇ ਬਲ ਦੇ ਉੱਤੇ ਨਾ ਬਹੁਤ ਸਾਰੇ ਲੋਕਾਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ। ਵਿਦਿਆ ਹੈ ਤੇ ਇੱਕ ਬਹੁਤ ਅਨਮੋਲ ਦਾਤ ਹੈ ਪਰਮਾਤਮਾ ਦੀ, ਪਰ ਜੇ ਇਸ ਵਿਦਿਆ ਦੀ ਸਹੀ ਵਰਤੋਂ ਨਾ ਕੀਤੀ ਜਾਏ ਨਾ ਗੁਰਮੁਖੋ, ਬੰਦਾ ਆਪਣੀ ਵਿਦਿਆ ਦੇ ਬਲ ਤੇ ਲੋਕਾਂ ਨੂੰ ਤੇ ਫਸਾਉਂਦਾ ਹੈ ਤੇ ਬੜਾ ਖੁਸ਼ ਹੁੰਦਾ ਕਿ ਮੈਂ ਕਿੰਨੀ ਦੁਨੀਆ ਫਸਾ ਲਈ ਆਪਣੇ ਜਾਲ ਵਿੱਚ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਵਿਦਿਆ ਦੇ ਅਭਿਮਾਨੀ ਬੰਦਿਆ, ਤੂੰ ਸੋਚਦਾ ਮੈਂ ਦੁਨੀਆ ਨੂੰ ਜਾਲ ਫਸਾ ਲਿਆ, ਇਹ ਜਾਲ ਇੱਕ ਦਿਨ ਤੇਰੇ ਆਪਣੇ ਜੀਵਨ ਦੀ ਫਾਈ ਬਣ ਕੇ ਤੈਨੂੰ ਫਸਾਏਗਾ। ਇਸ ਕਰਕੇ ਇਹਦੇ ਮਾਣ ਤੋਂ, ਇਹਦੇ ਹੰਕਾਰ ਤੋਂ ਬਚ ਕੇ ਰਹਿਣਾ। ਉਹਨੇ ਬੜੇ ਲੋਕਾਂ ਨੂੰ ਆਪਣੇ ਪਿੱਛੇ ਲਾਇਆ। ਸ਼ਾਸਤਰਾਂ ਦਾ, ਵੇਦਾਂ ਦਾ ਕਥਾਕਾਰ ਸੀ, ਗਿਆਤਾ ਸੀ। ਉਹਨੇ ਕਥਾ ਕਰਨੀ ਤੇ ਭਗਤ ਕਬੀਰ ਜੀ ਨੇ ਨਾ ਆਪਣੇ ਪੁੱਤਰ, ਆਪਣੇ ਬੇਟੇ ਕਮਾਲੇ ਨੂੰ ਆਖਿਆ। ਕਹਿਣ ਲੱਗੇ, ਬੇਟਾ ਤੂੰ ਜਾਇਆ ਕਰ ਹਰ ਰੋਜ਼ ਬਿਨਾਂ ਨਾਗਾ ਉਸ ਪੰਡਿਤ ਵਿਦਵਾਨ ਦੇ ਸਨਮੁਖ ਜਾ ਕੇ ਨਾ ਕਥਾ ਸੁਣਿਆ ਕਰ, ਕੁਝ ਮਾਇਆ ਲੈ ਕੇ ਜਾਇਆ ਕਰ, ਮਾਇਆ ਉਹਦੇ ਜਾ ਕੇ ਨਾ ਸਾਹਮਣੇ ਰੱਖ ਕੇ ਉਹਨੂੰ ਭੇਟਾ ਦਿਆ ਕਰ। ਧਿਆਨ ਦੇਣਾ ਗੁਰੂ ਕੀ ਸੰਗਤ, ਕਈ ਦਿਨ ਹੋ ਗਏ ਉਹ ਪੰਡਿਤ ਇਸ ਗੱਲ ਨੂੰ ਨੋਟ ਕਰਦਾ ਸੀ। ਇੱਕ ਲੜਕਾ ਆਉਂਦਾ, ਉਹ ਬਹੁਤ ਸਾਰੀ ਮਾਇਆ ਰੱਖਦਾ ਤੇ ਮੇਰੇ ਸਮਾਗਮ ਦੇ ਵਿੱਚ ਬੈਠ ਕੇ ਚੰਗੀ ਤਰ੍ਹਾਂ ਕਥਾ ਸੁਣਦਾ। ਇੱਕ ਦਿਨ ਉਹਨੇ ਪੁੱਛ ਲਿਆ ਵੀ ਹੈ ਕੌਣ। ਦੱਸਣ ਵਾਲਿਆਂ ਨੇ ਦੱਸ ਦਿੱਤਾ, ਪੰਡਿਤ ਜੀ ਇਹ ਭਗਤ ਕਬੀਰ ਜੀ ਦਾ ਬੇਟਾ ਹੈ, ਜਿਨ੍ਹਾਂ ਦੀ ਹਰ ਰੋਜ਼ ਤੁਸੀਂ ਨਿੰਦਿਆ ਕਰਦੇ ਥੱਕਦੇ ਨਹੀਂ। ਇਹ ਭਗਤ ਕਬੀਰ ਜੀ ਦਾ ਬੇਟਾ ਹੈ, ਹਰ ਰੋਜ਼ ਜਿਨ੍ਹਾਂ ਦੀ ਤੁਸੀਂ ਨਿੰਦਿਆ ਕਰਦੇ ਹੋ। ਤੇ ਗੁਰਮੁਖੋ, ਉਸ ਦਿਨ ਉਸ ਪੰਡਿਤ ਵਿਦਵਾਨ ਨੇ ਆਪਣੇ ਮੱਥੇ ਤੇ ਹੱਥ ਮਾਰਿਆ, ਮਨ ਚ ਵਿਚਾਰ ਕਰ ਲਈ, ਫੈਸਲਾ ਕਰ ਲਿਆ ਕਿ ਅੱਗੇ ਤੋਂ ਭਗਤ ਕਬੀਰ ਜੀ ਦੀ ਨਿੰਦਿਆ ਨਹੀਂ ਕਰਨੀ। ਤੇ ਗੁਰਮੁਖੋ, ਭਗਤ ਕਬੀਰ ਜੀ ਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ, ਆਪਣੇ ਬੇਟੇ ਨੂੰ ਕਹਿਣ ਲੱਗੇ, ਅੱਜ ਤੋਂ ਬਾਅਦ ਨਹੀਂ ਜਾਣਾ, ਅੱਜ ਤੋਂ ਬਾਅਦ ਨਹੀਂ ਜਾਣਾ। ਸੰਗਤਾਂ ਨੇ ਭਗਤ ਕਬੀਰ ਜੀ ਨੂੰ ਪੁੱਛਿਆ, ਭਗਤ ਜੀ ਪਹਿਲਾਂ ਤੇ ਉਹ ਤੁਹਾਡੀ ਨਿੰਦਿਆ ਕਰਦਾ ਸੀ, ਤੁਸੀਂ ਆਪਣੇ ਪੁੱਤ ਨੂੰ ਹਰ ਰੋਜ਼ ਭੇਜਦੇ ਸੀ ਮਾਇਆ ਦੇਖ ਕੇ ਕਿ ਉਹਨੂੰ ਭੇਟਾ ਦੇ ਕੇ ਆਈ, ਹੁਣ ਤੇ ਤੁਹਾਡੀ ਨਿੰਦਿਆ ਨਹੀਂ ਕਰਦਾ, ਤੁਹਾਡੀ ਉਸਤਤ ਕਰਦਾ, ਤੁਹਾਡੀਆਂ ਵਡਿਆਈਆਂ ਕਰਦਾ, ਹੁਣ ਆਪਣੇ ਬੇਟੇ ਨੂੰ ਉਹਦੇ ਕੋਲ ਕਿਉਂ ਨਹੀਂ ਭੇਜਦੇ। ਭਗਤ ਕਬੀਰ ਜੀ ਕਹਿੰਦੇ, ਉਹ ਮੇਰਾ ਕੰਮ ਕਰਦਾ ਸੀ ਤੇ ਮੈਂ ਉਹਦੀ ਬਦੌਲਤ ਉਹਨੂੰ ਮਾਇਆ ਦਿੰਦਾ ਸੀ। ਮੇਰਾ ਕੰਮ ਕੀ ਕਰਦਾ ਸੀ, ਉਹ ਮੇਰੀ ਨਿੰਦਿਆ ਕਰਕੇ ਮੇਰੀ ਮੈਲ ਧੋਂਦਾ ਸੀ, ਜਿਸ ਤਰ੍ਹਾਂ ਆਪਾਂ ਪੈਸੇ ਦੇ ਕੇ ਕਿਸੇ ਤੋਂ ਕੱਪੜੇ ਧਵਾਉਂਦੇ ਹਾਂ, ਉਹ ਨਿੰਦਿਆ ਕਰ ਕਰਕੇ ਮੇਰੇ ਔਗਣਾਂ ਨੂੰ ਧੋਂਦਾ ਸੀ ਤੇ ਮੈਂ ਆਪਣੀ ਨਿੰਦਿਆ ਦੀ ਇਹ ਦਾਤ ਲੈਣ ਵਾਸਤੇ ਹਰ ਰੋਜ਼ ਆਪਣੇ ਬੇਟੇ ਨੂੰ ਭੇਜਦਾ ਸੀ ਕਿ ਜਾ ਕੇ ਉਹਨੂੰ ਮਾਇਆ ਦੇ ਕੇ ਆਓ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਦੇਖੋ ਭਗਤਾਂ ਦਾ ਜੀਵਨ, ਆਪਾਂ ਤੇ ਮਾਇਆ ਦੇ ਹੀ ਉਹਨੂੰ ਸਕਦੇ ਹਾਂ ਜਿਹੜਾ ਸਾਡੀ ਉਸਤਤ ਕਰੇ, ਜਿਹੜਾ ਸਾਡੀ ਵਡਿਆਈ ਕਰੇ। ਵਡਿਆਈ ਕਰੋ, ਜੇਬਾਂ ਖਾਲੀ ਕਰਵਾ ਲਓ, ਪਰ ਭਗਤ ਕਬੀਰ ਜੀ ਆਪਣੇ ਬੇਟੇ ਨੂੰ ਭੇਜਦੇ ਆ, ਮਾਇਆ ਦਿੰਦੇ ਆ, ਦਿੰਦੇ ਕਾਹਦੇ ਵਾਸਤੇ ਨੇ, ਆਪਣੀ ਨਿੰਦਿਆ ਕਰਨ ਵਾਲੇ ਜਿਹੜਾ ਨਿੰਦਿਆ ਕਰ ਰਿਹਾ। ਇਸੇ ਕਰਕੇ ਭਗਤ ਕਬੀਰ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਸਾਨੂੰ ਇਹ ਸੰਦੇਸ਼ ਦਿੱਤਾ। ਸਾਰੀ ਸੰਗਤ ਪੜੋ ਪਿਆਰ ਨਾਲ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰੱਬ ਜੀ। ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰੱਬ ਦੀ। ਭਗਤੀ ਨਾ
ਭਾਵੇਂ ਨਿੰਦਿਆ ਕਰੇ ਜਖ ਸਾਰਾ ਭਗਤੀ ਨਾ ਛੱਡੋ ਰੱਬ ਦੀ ਭਾਵੇਂ ਨਿੰਦਿਆ ਕਰੇ ਜਖ ਸਾਰਾ ਭਗਤੀ ਨਾ ਛੱਡੋ ਰੱਬ ਦੀ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਭਾਈ ਫੱਗੂ ਜੀ ਸੇਵਾ ਨਿਭਾਉਂਦੇ ਆ ਤੇ ਸੇਵਾ ਬੜੀ ਕਰੜੀ ਆ। ਇੱਕ ਸੇਵਾ ਹੁੰਦੀ ਹੈ ਆਪਣੇ ਲੈਵਲ ਤੱਕ ਸੀਮਿਤ ਹੁੰਦੀ ਹੈ। ਬੰਦਾ ਗੁਰਦੁਆਰਾ ਸਾਹਿਬ ਜਾਏ ਕਿਸੇ ਨਾਲ ਨਾ ਬੋਲੇ ਝਾੜੂ ਦੇ ਕੇ ਆ ਜੇ ਚੁੱਪ ਚਾਪ ਘਰੇ ਮੁੜ ਜੇ ਬਸ ਠੀਕ ਹੈ। ਦੋ ਘੰਟੇ ਗੁਰਦੁਆਰਾ ਸਾਹਿਬ ਜਾਏ ਲੰਗਰ ਵਰਤਾਏ ਬਰਤਨਾਂ ਦੀ ਸੇਵਾ ਕਰੇ ਵਾਪਸ ਆਪਣੇ ਘਰ ਮੁੜ ਜਾਏ। ਪਰ ਇੱਕ ਇਸ ਤਰ੍ਹਾਂ ਦੀ ਸੇਵਾ ਜਿਹਦੇ ਵਿੱਚ ਸਾਰਿਆਂ ਨਾਲ ਰਿਲੇਸ਼ਨ ਬਣਦੇ ਆ, ਸਾਰਿਆਂ ਨਾਲ ਗੱਲਬਾਤ ਕਰਨੀ ਪੈਂਦੀ ਹੈ। ਭਾਈ ਫੱਗੂ ਜੀ ਇਸ ਮਹਾਨ ਘਾਲਣਾ ਨੂੰ ਘਾਲ ਰਹੇ ਨੇ। ਅੱਜ ਉਹ ਦਿਨ ਆਇਆ ਭਾਈ ਫੱਗੂ ਜੀ ਨੇ ਨਾ ਸਸਰਾਮ ਦੀ ਧਰਤੀ ਦੇ ਉੱਤੇ ਆਪਣਾ ਇੱਕ ਆਲੀਸ਼ਾਨ ਬਹੁਤ ਹੀ ਸੁੰਦਰ ਮਕਾਨ ਤਿਆਰ ਕੀਤਾ ਹੈ। ਮੈਂ ਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੁੰਦਾ ਸੱਚੀ ਪਾਤਸ਼ਾਹ ਦੁਨੀਆ ਨਹੀਂ ਚਾਹੁੰਦੀ ਕਿ ਰੱਬ ਦੇ ਪਿਆਰੇ ਕਿਸੇ ਸੋਹਣੇ ਮਕਾਨ 'ਚ ਰਹਿਣ। ਖਿਮਾ ਕਰਦੀ ਉਦਾਸ ਨੂੰ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਸਿੱਖ ਮਹਿਲਾਂ ਦਾ ਵਾਸੀ ਬਣੇ, ਮੋਤੀਆਂ ਦੇ ਮੰਦਿਰ ਵਿੱਚ ਰਹੇ, ਗੁਰੂ ਕੇ ਕੀਰਤਨ ਕਰਨ ਵਾਲਾ, ਸੇਵਾ ਕਰਨ ਵਾਲਾ, ਬੰਦਗੀ ਕਰਨ ਵਾਲਾ। ਭਾਈ ਫੱਗੂ ਜੀ ਨੇ ਇੱਕ ਬਹੁਤ ਹੀ ਅਦਭੁਤ ਬੜਾ ਸੁੰਦਰ ਮਕਾਨ ਤਿਆਰ ਕੀਤਾ। ਬੜੀ ਦਿੱਖ ਪਿਆਰੀ ਹੈ ਮਕਾਨ ਦੀ, ਮੁਕੰਮਲ ਤਿਆਰੀ ਹੋ ਗਈ। ਪਰ ਭਾਈ ਫੱਗੂ ਜੀ ਨੇ ਪਰਿਵਾਰ ਸਮੇਤ ਉਸ ਮਕਾਨ ਦੇ ਵਿੱਚ ਅਜੇ ਤੱਕ ਆਪਣੀ ਰਿਹਾਇਸ਼ ਨਹੀਂ ਕੀਤੀ। ਪਰਿਵਾਰ ਪੁੱਛਦਾ ਹੈ, ਸਕੇ ਸੰਬੰਧੀ ਸੱਜਣ ਮਿੱਤਰ ਪੁੱਛਦੇ ਨੇ ਭਾਈ ਫੱਗੂ ਮਕਾਨ ਤਿਆਰ ਹੋ ਗਿਆ ਹੁਣ ਦੇਰੀ ਕੀ ਹੈ, ਮਕਾਨ ਦੇ ਅੰਦਰ ਪਰਿਵਾਰ ਸਮੇਤ ਆਪ ਜੀ ਰਹਿੰਦੇ ਕਿਉਂ ਨਹੀਂ, ਪਰਿਵਾਰ ਸਮੇਤ ਕਿਉਂ ਨਹੀਂ ਰਹਿੰਦੇ? ਤੇ ਗੁਰਮੁਖੋ ਭਾਈ ਫੱਗੂ ਜੀ ਨੇ ਉਹਨਾਂ ਸੱਜਣਾ ਮਿੱਤਰਾਂ ਨੂੰ ਆਖਿਆ ਰਹਾਂਗਾ, ਸਮਾਂ ਆਏਗਾ ਰਹਾਂਗਾ ਪਰਿਵਾਰ ਸਮੇਤ ਇਸ ਮਕਾਨ ਦੇ ਵਿੱਚ, ਪਰ ਮੇਰੇ ਮਨ ਦੀ ਭਾਵਨਾ ਹੈ ਮੇਰੇ ਪਰਿਵਾਰ ਦਾ ਜਿਹੜਾ ਮੁਖੀ ਹੈ ਨਾ ਪਹਿਲਾਂ ਉਹ ਆ ਕੇ ਇਸ ਮਕਾਨ ਦੇ ਵਿੱਚ ਆਪਣੇ ਚਰਨ ਪਾਏ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸੱਜਣਾ ਨੇ ਜਿਹੜੀ ਗੱਲ ਆਖੀ ਸੀ, ਮਿੱਤਰਾਂ ਨੇ ਜਿਹੜੀ ਬਾਤ ਕਹੀ ਸੀ ਬੜੀ ਰਮਝ ਵਾਲੀ ਸੀ। ਪਰਿਵਾਰ ਦਾ ਮੁਖੀ ਆਪਾਂ ਤੇ ਪਰਿਵਾਰ ਦਾ ਮੁਖੀ ਉਹਨੂੰ ਕਹਿੰਦੇ ਹਨ ਸਾਡਾ ਬਜ਼ੁਰਗ, ਸਾਡਾ ਪਿਤਾ, ਸਾਡਾ ਦਾਦਾ ਜਾਂ ਪੜਦਾਦਾ। ਸਾਡੀ ਸੋਚ ਸੀਮਤ ਹੈ, ਇਹ ਸਾਡੇ ਪਰਿਵਾਰ ਦਾ ਮੁਖੀ ਹੈ। ਜਦੋਂ ਪਿਤਾ ਚੜ੍ਹਾਈ ਕਰ ਜਾਂਦਾ, ਸਾਡਾ ਦਾਦਾ ਚੜ੍ਹਾਈ ਕਰ ਜਾਂਦਾ, ਫਿਰ ਬੱਚੇ ਨੂੰ ਆਪਾਂ ਇੱਕ ਪਗੜੀ ਦੀ ਰਸਮ ਹੁੰਦੀ ਹੈ ਉਹ ਕੀਤੀ ਜਾਂਦੀ ਨਾ, ਤੇ ਸਮਾਜ ਦੇ ਲੋਕ ਕਹਿੰਦੇ ਆ ਕਿ ਤੁਹਾਡੇ ਪਰਿਵਾਰ ਦਾ ਮੁਖੀ ਤੁਰ ਗਿਆ, ਅੱਜ ਤੋਂ ਬਾਅਦ ਇਸ ਪਰਿਵਾਰ ਦੀ ਵਾਗਡੋਰ ਜ਼ਿੰਮੇਵਾਰੀ ਹੁਣ ਤੇਰੇ ਸਿਰ ਤੇ ਆ। ਦਸਤਾਰ ਦਿੱਤੀ ਜਾਂਦੀ ਨਾ ਗੁਰਮੁਖ,
सिख दे परिवार दा मुखी कौन है? सिख अपने परिवार दा मुखी अपने गुरु नू मनदा है। क्योंकि सिख नू पता है दादे ने भी नहीं रहना, पिता ने भी नहीं रहना, एक दिन मैनू पगड़ी बन्नी जानी, रहना मम्मी नहीं। इस करके अपने जिउंदे जी मैं अपने परिवार का मुखी उन्हों बना दिया जिन्हें कदे जाना ही नहीं। सारी संगत बोलो सतनाम श्री वाहिगुरु। बड़े प्यारे वचन आप पढ़ते हैं महाराज जी दे, प्रभ जी तू मेरे प्राण आधार है, तू मेरा प्राण आधार है। नमस्कार डंडौत वंदना अनक बार जाऊं बारे, उठत बैठत सोवत जागत इहो मन तुझे चितारे। तू मेरी ओट बल बुद्ध धन तुम ही तुम है मेरा परिवार है। मेरा परिवार भी मेरे सच्चे पातशाह तू ही है। जदों आपां बाणी पढ़दे आं बड़े प्यारे वचन आउंदे आ, सारी संगत गायो प्यार विच। तू मेरा पिता तू है मेरा माता, तू मेरा पिता तू है मेरी माता, बंदप तू मेरा प्राता, तू मेरा बंदप तू मेरा प्राता, मेरा पिता तू है मेरा माता, तू मेरा पिता तू है मेरा माता, मेरा पिता तू है मेरा माता, तू मेरा बंदप तू मेरा प्राता, मेरी मां भी तू मेरा पिता भी तू, मेरा रिश्तेदार भी तू मेरा वीर भी तू, प्राता दा अर्थ भरा, वीर भी तू है मेरा। तू मेरा राखा सबनी थाई तां पौ केहा काड़ा जियो, हर जी माता हर जी पिता हर जियो प्रतपालक, हर जी मेरी सार करे हम हर के बालक, तुम मात पिता हम बारक तेरे, तुमरी कृपा मैं सूख कनेरे। भाई फगू जी कहंदे सजनों परिवार ते तां ही रहेगा जे परिवार दा मुखी परिवार दा मालक परिवार दा सरप्रस्त जदों पहला मकान विच आके अपने चरण पाऊगा। रमज दित्ती राज नहीं दित्ता। एक गल ध्यान च रखियो गुरमुखो, जेड़ा इंसान वक्त तो पहला अपने दिल दा राज दूजियां नाल सांझा कर लैंदा है वो बाद विच पछताउंदा बहुत। कदे तुसीं तजर्बा करके देख लियो अपने दिल दा राज किसे ते विश्वास करके जदों बंदा सांझा कर बैठदा है
ਤੇ ਬਾਅਦ ਵਿੱਚ ਉਹਦਾ ਜੀਵਨ ਇਦਾਂ ਦਾ ਬਣ ਜਾਂਦਾ ਜਿੱਦਾਂ ਫੁੱਲ ਦੇ ਵਿੱਚੋਂ ਸੁਗੰਧੀ ਮੁੱਕ ਜੇ ਤੇ ਫੁੱਲ ਮੁਰਝਾ ਜੇ। ਵਕਤ ਤੋਂ ਪਹਿਲਾਂ ਰਾਜ ਦੇਣਾ ਉਹ ਆਨੰਦ ਨਹੀਂ ਰਹਿੰਦਾ, ਉਹ ਪਿਆਰ ਨਹੀਂ ਰਹਿੰਦਾ। ਜਿਹੜਾ ਪਿਆਰ ਇੱਕਦਮ ਪ੍ਰਫੁੱਲਤ ਹੋਣਾ। ਭਾਈ ਫੱਗੂ ਜੀ ਮਕਾਨ ਦੇ ਵਿੱਚ ਸਾਰੀ ਤਿਆਰੀ ਕਰਤੀ, ਇੱਕ ਕਮਰੇ ਦੇ ਵਿੱਚ ਇੱਕ ਪਲੰਗ ਸਜਾਇਆ। ਸਿੱਖਾ ਸਿੱਖੀ ਬੜੀ ਸਰਲ ਹੈ, ਸਿੱਧਾ ਰਸਤਾ ਬੜਾ। ਸਾਰੇ ਜਿਹੜੇ ਵਿੰਗ ਵਾਲ ਨੇ ਨਾ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕੱਢ ਤੇ ਦੁਨੀਆਂ ਚ ਆ ਕੇ ਆਵਾਜ਼ ਦਿੱਤੀ, ਇਹ ਦੁਨੀਆਂ ਦੇ ਲੋਕੋ ਨਾ ਭੁਲੇਖਿਆਂ ਚ ਪਵੋ, ਆਓ ਮੈਂ ਤੁਹਾਨੂੰ ਪਰਮਾਤਮਾ ਦੇ ਚਰਨਾਂ ਦੇ ਨਾਲ ਸਿੱਧਾ ਜੋੜਨ ਦਾ ਰਸਤਾ ਦਿਖਾਵਾਂ। ਸਿੱਖੀ ਕਮਾਉਣੀ ਹੈ ਤੇ ਸਭ ਤੋਂ ਪਹਿਲਾਂ ਆਪਣੇ ਮਨ ਵਿੱਚ ਹੱਥ ਪਾ ਕੇ ਦੇਖੀਏ ਸਾਡੇ ਮਨ ਦੀ ਭਾਵਨਾ ਕੀ ਹੈ। ਸਾਡੇ ਮਨ ਵਿੱਚ ਲੋਚਾ ਵੀ ਹੈ, ਸਾਡੇ ਮਨ ਚ ਭੁੱਖ ਵੀ ਹੈ ਜਾਂ ਨਹੀਂ। ਭਾਈ ਫੱਗੂ ਜੀ ਨੇ ਪਲੰਗ ਤਿਆਰ ਕੀਤਾ ਆਪਣੇ ਬੈਠਣ ਵਾਸਤੇ ਜਾਂ ਆਪਣੇ ਪਰਿਵਾਰ ਦੇ ਆਰਾਮ ਵਾਸਤੇ ਨਹੀਂ, ਪਲੰਗ ਤਿਆਰ ਕੀਤਾ, ਸੋਹਣੀ ਸੇਜ ਵਿਛਾਈ ਤੇ ਗੁਰਮੁਖੋ ਉਸ ਪਲੰਗ ਦੇ ਚਰਨਾਂ ਵਾਲੇ ਪਾਸੇ ਬੈਠ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ ਕੀਤੀ। ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਨਾ ਗੁਰਮੁਖੋ, ਆਪਾਂ ਸੋਚਦੇ ਹਾਂ ਕਿ ਸਾਡੇ ਵਾਸਤੇ 15-20 ਸ਼ਬਦ ਬਹੁਤ ਨੇ, ਬਾਕੀ ਦਾ ਸਾਰਾ ਪਾਠ ਭਾਈ ਸਾਹਿਬ ਜੀ ਅੰਦਰ ਬੈਠ ਕੇ ਕਰਨਗੇ, ਅਸੀਂ ਬਾਹਰ ਆਪਣਾ ਕੰਮ ਕਾਰ ਕਰਾਂਗੇ, ਟੈਂਟ ਲਵਾਵਾਂਗੇ, ਜਲੇਬੀਆਂ ਬਣਾਵਾਂਗੇ, ਪਕੌੜੇ ਬਣਾਵਾਂਗੇ, ਛਕਾਂਗੇ, ਛਕਾਵਾਂਗੇ। ਬਸ ਜਦੋਂ ਭਾਈ ਸਾਹਿਬ ਕਹਿਣਗੇ ਵੀ ਆ ਜਾਓ ਹੁਣ ਨੌਵੇਂ ਮਹੱਲੇ ਦੇ ਸਲੋਕ ਸ਼ੁਰੂ ਹੋ ਗਏ, ਫਿਰ ਜਾਵਾਂਗੇ। ਜਿਹੜੇ ਪਹਿਲਾਂ ਸਲੋਕ ਲੰਘੇ ਗੁਰਮੁਖੋ ਕਿਹਦੇ ਵਾਸਤੇ ਸੀ, ਉਹ ਵੀ ਤਾਂ ਤੇਰੇ ਵਾਸਤੇ ਸੀ ਨਾ। 5-10-20 ਸ਼ਬਦਾਂ ਦੇ ਦੁਆਲੇ ਆਪਾਂ ਘੁੰਮ ਰਹੇ ਹਾਂ। ਸ਼ਬਦ ਤੇ ਬਾਣੀ ਦਾ ਇੱਕ ਵੀ ਬਹੁਤ ਹੈ, ਪਰ ਦਾਸ ਦੀ ਬੇਨਤੀ ਕਰਨ ਤੋਂ ਭਾਵ ਸਿਰਫ ਇੰਨਾ ਗੁਰਮੁਖੋ ਆਪਾਂ ਆਪਣੀ ਖੁਦ ਗਰਜੀ ਨੂੰ ਲੈ ਕੇ ਗੁਰੂ ਦਾ ਪੱਲਾ ਫੜਿਆ, ਆਪਾਂ ਗਰਜਾਂ ਦਾ ਨਾਮ ਸਜਦਾ ਰੱਖ ਲਿਆ। ਗਰਜ ਕਾ ਨਾਮ ਹੀ ਸਜਦਾ ਰੱਖ ਲਿਆ, ਵਰਨਾ ਕੌਣ ਸਰ ਝੁਕਾਤਾ ਹੈ ਕਿਸੇ ਕੇ ਸਾਹਮਣੇ। ਸਾਡੀਆਂ ਗਰਜਾਂ ਸਾਨੂੰ ਗੁਰੂ ਦੇ ਚਰਨਾਂ 'ਚ ਲੈ ਕੇ ਆਉਂਦੀਆਂ, ਲੋੜਾਂ ਲੈ ਕੇ ਆਉਂਦੀਆਂ। ਭਾਈ ਫੱਗੂ ਜੀ ਨੇ ਆਸਣ ਵਿਛਾਇਆ, ਹੁਣ ਜਿਹੜਾ ਗੁਰੂ ਕਾ ਸਿੱਖ ਹੈ ਉਹਦੀ ਗੱਲ ਵੀ ਬਾਣੀ ਨਾਲ ਹੈ, ਉਹਦੀ ਸਲਾਹ ਵੀ ਬਾਣੀ ਨਾਲ ਹੈ। ਹਰ ਨਾਵੈ ਨਾਲ ਗੱਲਾਂ, ਹਰ ਨਾਵੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਆਪਾਂ ਗੁਰਦੁਆਰੇ ਆ ਕੇ ਵੀ ਆਪਣੀਆਂ ਗੱਲਾਂ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਜੇ ਗੱਲਾਂ ਹੀ ਕਰਨੀਆਂ ਤੇ ਨਾਮ ਨਾਲ ਗੱਲਾਂ ਕਰ, ਸੰਗਤ ਵਿੱਚ ਬੈਠ ਕੇ ਜੇ ਸਲਾਹ ਕਰਨੀ ਹੈ ਤੇ ਨਾਮ ਨਾਲ ਸਲਾਹ ਕਰ, ਸਿਮਰਨ ਨਾਲ ਸਲਾਹ ਕਰ। ਇੱਥੇ ਗੁਰਦੁਆਰੇ ਆ ਕੇ ਸਲਾਹ ਕਰਦੇ ਹਾਂ ਆਪਾਂ ਆਪਣੇ ਪਰਿਵਾਰਾਂ ਦੀਆਂ ਗੱਲਾਂ, ਕਈ ਵਾਰੀ ਕੰਨਾਂ 'ਚ ਰੂੰ ਦੇਣਾ ਪੈਂਦਾ ਗੁਰਮੁਖੋ। ਗੁਰੂ ਘਰ ਸਾਰਿਆਂ ਦਾ ਸਾਂਝਾ, ਇਸ ਗੱਲ ਵਿੱਚ ਕੋਈ ਦਿਓ ਰਾਇਵਾਂ ਨਹੀਂ, ਦੋ ਸਲਾਹਾਂ ਨਹੀਂ। ਪਰ ਗੁਰਦੁਆਰਾ ਹੈ ਕਾਹਦੇ ਵਾਸਤੇ ਸੀ, ਇਹ ਗੱਲ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਇੱਥੇ ਬਹੁਤ ਸਾਰੇ ਪਰਿਵਾਰ ਆਉਂਦੇ ਆ, ਪਿੰਡ ਦੀਆਂ ਲੜਾਈਆਂ ਇੱਥੇ ਆ ਕੇ ਸਮਝੌਤੇ ਕਰਦੇ ਆ। ਪਿੰਡ ਦੀਆਂ ਲੜਾਈਆਂ ਝਗੜੇ ਪਿੰਡਾਂ 'ਚ ਹੁੰਦੇ ਆ, ਕਹਿੰਦੇ ਚਲੋ ਗੁਰਦੁਆਰੇ ਦੀ ਪਾਰਕ 'ਚ ਬੈਠ ਕੇ ਰੌਲਾ ਪਾਉਂਦੇ ਹਾਂ, ਕਿਹੜਾ ਡੱਕਣਾ ਕਿਸੇ ਨੇ। ਗੁਰਮੁਖੋ ਮਰਿਆਦਾ ਦਾ ਖਿਆਲ ਰੱਖੀਏ, ਬਾਹਰ ਦੀ ਲੱਗੀ ਹੋਈ ਅੱਗ ਤੇ ਪਾਣੀ ਬੁਝਾ ਦਿੰਦਾ, ਪਰ ਜੇ ਅੱਗ ਹੀ ਬੇੜੀ ਵਿੱਚ ਲੱਗ ਜੇ ਤੇ ਬੇੜੀ ਤਰਦੀ ਹੋਈ ਪਾਣੀ ਵਿੱਚ, ਪਾਣੀ ਪਾਵਾਂਗੇ ਤੇ ਬੇੜੀ ਡੁੱਬੇਗੀ, ਪਾਣੀ ਨਹੀਂ ਪਾਉਂਦੇ ਤੇ ਬੇੜੀ ਸੜੇਗੀ। ਬਾਹਰ ਦੇ ਕੀਤੇ ਹੋਏ ਗੁਨਾਹ ਤੇ ਗੁਰਦੁਆਰੇ ਆ ਕੇ ਬਖਸ਼ੇ ਜਾਣਗੇ, ਪਰ ਜਿਹੜਾ ਗੁਰਦੁਆਰੇ ਆ ਕੇ ਦੁਨਿਆਵੀ ਗੱਲਾਂ ਕਰਦਾ ਤੇ ਰੌਲਾ ਪਾਉਂਦਾ ਉਹ ਬਖਸ਼ਿਆ ਕਿੱਥੇ ਜਾਏਗਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਉਣਾ ਤੇ ਸੀ ਪਾਪ ਬਖਸ਼ਾਉਣ ਵਾਸਤੇ, ਇੱਥੇ ਪਾਪ ਹੋਰ ਚੜਾਉਣ ਵਾਸਤੇ ਆਪਾਂ ਆ ਗਏ।
ਆਉਣਾ ਤੇ ਇਸ ਵਾਸਤੇ ਸੀ ਸੱਚੇ ਪਾਤਸ਼ਾਹ ਸਾਡੇ ਅੰਦਰੋਂ ਇਹ ਝਗੜੇ ਦੁਨਿਆਵੀ ਗੱਲਾਂ ਬਾਤਾਂ ਖਤਮ ਕਰਕੇ ਸਾਡੀਆਂ ਨਾਮ ਨਾਲ ਗੱਲਾਂ ਕਰਾ ਦਿਓ, ਨਾਮ ਦੀ ਸਲਾਹ ਦੇ ਦਿਓ ਸਾਨੂੰ। ਅੱਜ ਆਪਾਂ ਗੁਰਦੁਆਰਾ ਸਾਹਿਬ ਨੂੰ ਇਸ ਤਰ੍ਹਾਂ ਦੀ ਥਾਂ ਬਣਾ ਲਿਆ ਜਿੱਥੇ ਲੜਾਈਆਂ ਝਗੜੇ ਤੇ ਦੁਨਿਆਵੀ ਗੱਲਾਂ ਬਾਤਾਂ ਵੀ ਆਪਾਂ ਸ਼ੁਰੂ ਕਰਦੀ, ਕਿੱਥੇ ਬਖਸ਼ੇ ਜਾਵਾਂਗੇ। ਆਓ ਦਾਸ ਦੀ ਬੇਨਤੀ ਕਰਨ ਤੋਂ ਭਾਵ ਸਿਰਫ ਇੰਨਾ ਹੈ, ਗੁਰਮੁਖਾ ਕਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨਾਲ ਜੁੜੀ, ਕਦੇ ਚਿੱਠੀ ਪਾਈ, ਦੋ ਹੰਝਵਾਂ ਦੀ ਸਿਆਹੀ ਬਣਾ ਕੇ ਆਪਣੇ ਪਿਆਰੇ ਦੇ ਚਰਨਾਂ ਵੱਲ ਖੱਤ ਭੇਜੀ। ਜਿਵੇਂ ਮਹਾਰਾਜ ਜੀ ਬਾਣੀ ਵਿੱਚ ਕਹਿੰਦੇ ਆ, ਸਾਰੀ ਸੰਗਤ ਪੜਿਓ ਪਿਆਰ ਨਾਲ, ਭਲਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ, ਪਾਉ ਪਖਾਲਾ ਤਿਸ ਕੈ ਮਨ ਤਨ ਨਿਤ ਭਾਵੋ। ਇਹ ਬਚਨ ਤੇਰੇ ਵਾਸਤੇ ਸੀ, ਸਾਜਨਾ ਸੰਤ ਆਵੋ ਮੇਰੇ, ਆਨੰਦਾ ਗੁਣ ਗਾਓ ਮੰਗਲ ਕਸਮ ਲਾ ਮਿਟ ਜਾਏ ਬਰੇਰੇ। ਮੇਰੇ ਸਤਿਗੁਰਾ ਤੂੰ ਮੇਰੇ ਘਰ ਆ, ਮੈਨੂੰ ਸਾਈਂ ਦੀਆਂ ਸਿਫਤਾਂ ਸੁਣਾ, ਉਹਦੇ ਗੁਣ ਸੁਣਾ, ਤਾਂ ਕਿ ਮੇਰੇ ਪਾਪ ਧੁੱਪ ਜਾਣ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਰ ਕੌਣ ਚਿੱਠੀਆਂ ਪਾਵੇ ਗੁਰੂ, ਸਾਰੀ ਜ਼ਿੰਦਗੀ ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ, ਸੱਜਣਾਂ ਨੂੰ, ਸੱਕੇ ਸੰਬੰਧੀਆਂ ਨੂੰ ਚਿੱਠੀਆਂ ਪਾਈਆਂ, ਪਰ ਗੁਰੂ ਨੂੰ ਚਿੱਠੀ ਪਾਉਣ ਵਾਸਤੇ ਹੰਝਵਾਂ ਦੀ ਸਿਆਹੀ ਚਾਹੀਦੀ ਸੀ। ਉਹ ਹੰਝੂ ਸਾਡੇ ਪਾਸ ਹੈ ਹੀ ਨਹੀਂ, ਕੌਣ ਲਿਖੇ, ਕੌਣ ਚਿੱਠੀ ਭੇਜੇ, ਕਿਉਂਕਿ ਸਾਰੀ ਦੁਨੀਆ ਦੇ ਐਡਰੈਸ ਤੇ ਨੋਟ ਕਰ ਲਏ, ਗੁਰੂ ਨਾਨਕ ਦਾ ਐਡਰੈਸ ਤੇ ਦਿਲ ਤੇ ਨੋਟ ਹੀ ਨਹੀਂ ਕੀਤਾ, ਉਹਦਾ ਤੇ ਪਤਾ ਆਪਣੇ ਹਿਰਦੇ ਚ ਵਸਾਇਆ ਹੀ ਨਹੀਂ। ਭਾਈ ਫੱਗੂ ਜੀ ਨੇ ਮਹਾਰਾਜ ਦੇ ਚਰਨ ਫੜ ਕੇ ਅਰਦਾਸ ਕਰਨੀ, ਕਿਹੜੀ ਅਰਦਾਸ? ਆਓ ਸਾਰੀਆਂ ਸੰਗਤਾਂ ਇਹਨਾਂ ਬਚਨਾਂ ਨੂੰ, ਇਹਨਾਂ ਸ਼ਬਦਾਂ ਨੂੰ ਆਪਣੇ ਦਿਲ ਦੀ ਅਰਦਾਸ ਬਣਾਈਏ, ਮਨ ਦੀ ਭਾਵਨਾ ਬਣਾਈਏ। ਮਨ ਲੋਚਦਾ ਪ੍ਰੀਤ ਮੇਰਾ, ਮਨ ਲੋਚਦਾ ਪ੍ਰੀਤ ਮੇਰਾ, ਮਨ ਲੋਚਦਾ ਪ੍ਰੀਤ ਮੇਰਾ, ਤੇਰਿਆਂ ਦੀਦਾਰਿਆਂ ਨੂੰ, ਮਨ ਲੋਚਦਾ ਪ੍ਰੀਤ ਮੇਰਾ, ਤੇਰਿਆਂ ਦੀਦਾਰਿਆਂ ਨੂੰ, ਤੂੰ ਜੋ ਸੱਜਣ ਮੈਂ ਲਿਆ ਦੇਈ ਸਿਰ ਉਤਾਰ, ਨੈਣ ਮਹੰਜੇ ਤਰਸ ਦੇ ਕਦ ਪਸੀ ਦੀਦਾਰ। ਧਿਆਨ ਜੋੜ ਕੇ, ਮਨ ਟਿਕਾ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਅਰਦਾਸ ਕੀਤੀ, ਜੋਦੜੀ ਕੀਤੀ, ਸਾਹਿਬ ਜੀ ਆ ਜਾਓ, ਆਪਣੇ ਬਖਸ਼ੇ ਹੋਏ ਇਸ ਘਰ ਦੇ ਵਿੱਚ ਆ ਕੇ ਆਪਣੇ ਚਰਨ ਪਾਓ। ਹਿਰਦੇ ਘਰ ਵਿੱਚ ਪਏ ਨੇ, ਬਾਹਰਲੇ ਘਰ ਵਿੱਚ ਵੀ ਚਰਨ ਪਾਓ। ਅਰਦਾਸ ਕਰਦੇ ਹੈ, ਬੇਨਤੀ ਕਰਦੇ ਹੈ, ਅੰਦਰ ਦੀ ਬੇਬਲਤਾ, ਅੰਦਰ ਦਾ ਪਿਆਰ, ਅੰਦਰ ਦੇ ਬਲਬਲੇ ਉੱਛਲਦੇ ਹੈ। ਉਮ ਕਿਉ ਹੀ ਉਹ ਮਿਲਣ ਪ੍ਰਭ ਤਾਈ,
मन उड़ीकदा है। एक दिन अवस्था इतनी कु मस्तानी हो गई, अज सारी रात भाई फग्गू जी ने आराम नहीं किया। उस पलंग दियां परिक्रमा करी गए, जिहड़ा पलंग गुरु तेग बहादुर सच्चे पातशाह जी दे सजन वास्ते बैठन वास्ते तैयार किया। गुरमुखो, गुरु ने ते जदों आना आ ही जाना है, आपां सेज ते तैयार करिए, दिल दी मन ते तैयार करिए। जिवें पहला शब्द गाया जा रहा सी, कर कृपा वसो मेरे हिरदे होए सहाई आप, हिरदे विच वस जा मेरे साईयां, मेरे मन विच आके बैठ जा। पर मन दे विच हाथ पा के देखिए, गुरु दे बैठण वास्ते थां है जां नहीं? थां ही है नहीं, परिवार भी बैठा है, कारोबार भी बैठा है, इन्नी कु थां भर दित्ती गुरु वास्ते, जगह नहीं छड़ी मन च। इहदी निशानी की है? कहिंदा जी गुरुद्वारे जाण दा समां ही नहीं, इहदा मतलब गुरु वास्ते जिंदगी च थां ही नहीं, इह निशानी है ना। कहिंदा सत संगत विच जाण दा समां ही नहीं, इहदा साफ अर्थ हो गया कि रब्बा तेरे वास्ते मेरी जिंदगी विच थां ही है नहीं। सारी संगत बोलो सतनाम श्री वाहिगुरु। जिन्ना वास्ते समा है उन्ना वास्ते समा क्यों कह, उन्ना दी साड़ी जिंदगी विच कोई थां है, कोई लोड़ है, कोई जरूरत है। परमात्मा दी गुरु दी थां आपां जिंदगी विच जरूरी समझी नहीं। गुरु नूं आपां इदां दी इक शख्सियत मान लिया, सच्चे पातशाह सी आवांगे, देग चढ़ावांगे, माया दे देंगे, तू साडियां बेनतियां मन्नी जी, सानू देई जी जो मंगांगे। इस तो अगे दी बात नहीं। तन भाई फग्गू जी दी अवस्था सारी रात परिक्रमा करदे रहे, मन मस्ताना हो गया, दीवाना हो गया। गुरु नानक देव सच्चे पातशाह जी दी पवित्र बाणी नूं पढ़िए ना गुरमुखो। गुरु नानक देव महाराज जी कहिंदे, मैं ते आप परमात्मा दा दीवाना हां, ऐ दुनिया दे लोको मैनूं भूत ना, मैनूं बिताला जां मैनूं आदमी आके वाजा ना दिओ। कोई आखे भूत ना को कहे बिताला, कोई आखे आदमी नानक बेचारा। कहिंदे मैं दसा कौन आ, भया दीवाना साह का नानक बोराना, हो हर बिन अवर ना जाना। तुसी जो मर्जी मैनू आखी जाओ, पर मैं अपने प्यारे तो बिना दूजा देखदा ही नहीं, ना मैं किसे नू जानदा। मैं ते अपने प्यारे दा दीवाना, उहदा मस्ताना। तेरा जन राम रसायण माता, माते दा अर्थ की है? मत्या गया, मदहोश हो गया, जिवें शराबी शराब पी के मदहोश हुंदा है, अफीमी अफीम खा के मदहोश हुंदा है, इसे तरह परमात्मा का प्यारा उदी याद विच मदहोश हो जाता है। मदहोश होना की अपनी हस्ती नूं मिटा देना, अपनी होमे नूं भुला देना, अपनी सोच नूं अपने जीवन विचों कढ देना, यह है मदहोश होना। ते गुरमुखो जिहड़ा एक बारी गुरु नानक दे प्यार विच मदहोश हो जाता है, ਉਹਨੂੰ ਫਿਰ ਇਸ ਤਰ੍ਹਾਂ ਦੀ ਹੋਸ਼ ਆਉਂਦੀ ਹੈ, ਮੁੜ ਕੇ ਕਦੇ ਬੇਹੋਸ਼ ਨਹੀਂ ਹੁੰਦਾ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਜੀ ਰਹੇ ਹਾਂ ਬੇਹੋਸ਼ੀ ਦੀ ਹਾਲਤ ਵਿੱਚ ਜੀ ਰਹੇ ਹਾਂ, ਸਾਰਾ ਕੁਝ ਸੁੱਤਾ ਹੋਇਆ ਸਾਡਾ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, मन सोया माया विस्मार। किन्ने प्यारे वचन ने गुरमुख। महाराज जी कहिंदे शरीर इंद्रियां दे विच्चों कोई भी जागदा हुंदा ते गल बन जांदी, अखां भी सौं गईयां, कन्न भी सौं गए, रसना भी सौं गई, चलो गल इत्थी रुक जांदी। अखां सौं जांदियां, कन्न सौं जांदे, रसना सौं जांदी, रब दे नाम नूं उसार के, तां वी गल बहुती वड्डी नहीं सी,
पर होया की जिन्हें अखां नूं कंट्रोल करना सी जिन्हें हथां नूं कंट्रोल करना सी जिन्हें जीभ नूं कंट्रोल करना सी जे गड्डी नूं चलाउण वाला ड्राइवर ही सौंजे एक पल वास्ते सोचना जे गड्डी नूं चलाउण वाला ड्राइवर ही सौंजे ते फिर गड्डी विच जिन्नियां सवारियां बैठियां उहनां दा कौण रखा है। महाराज जी कहिंदे मन सोया माया विस्माद बंदिया तेरा ते मन जिन्हें तेरी जिंदगी दी गड्डी नूं चलाउणा सी ओह वी माया दे प्यार विच सौं गया तैनूं कौण जगाएगा सब कुछ ही सौं गया शरीर दे इंद्री भी सौं गए मन भी सौं गया कौण जगाए तैनूं। सतगुरु सच्चे पातशाह जी दी पवित्र बाणी सानूं जगाउंदी है आ सुखना लाउण वास्ते ना जाया करो गुरुद्वारियां च गुरमुखो सुखना दा सिद्धांत नहीं है गुरमत दे विच कोई भी ये बड़िया छोटिया नीवे दर्जे दी गल्लां ने सुखना सुखनिया फिर लाउण जाणियां जिवें भार लाउण जाणा नहीं गुरमुखो सिखी ते प्यार दी खेड है सिखी कुछ मंगण दा नाम नहीं कुछ देण दा नाम है सच्चे पातशाह तन मन धन सब सौंप गुर को हुक्म मन्निया पाई है मैं तेनू देण आया अपना तन भी अपना मन भी अपना तन भी इसे करके गुरु पातशाह जी ने आवाज दे के आख्या सी सारी संगत पढ़िए प्यार नाल सिखी किदे वास्ते है किन्ना नू रास आउंदी है सानू क्यों नहीं रास आउंदी सिखी महाराज ने निशानी दसी सी कि सिखी दा मनजारा कौन बन सकदा है ये सौदे नू खरीदण वाला कौन बन सकदा है महाराज जी ने बचना च आख्या जो तो प्रेम खेलन का चाओ जो तो प्रेम खेलन का चाओ सारे बोलो गज के सिर धर चली गली मेरी आओ 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 जो तो प्रेम खेलन का चाओ जो तो प्रेम खेलन का चाओ जो तो प्रेम खेलन का चाओ चा प्यार उमंगा पतंगा जा रहे है पता मैं सड़ के मर जूंगा खंभ सड़ जाएंगे तड़प तड़प के जान निकलूगी
ਜਾ ਰਿਹਾ ਸ਼ਮਾਂ ਤੇ ਸੜਨ ਵਾਸਤੇ, ਪਰ ਕਦੇ ਪਤੰਗੇ ਵੱਲ ਦੇਖੀਏ ਉਹ ਕਿਸ ਤਰ੍ਹਾਂ ਜਾਂਦਾ ਹੈ, ਕਿਵੇਂ ਨੱਚਦਾ ਜਾਂਦਾ ਹੈ, ਕਿਵੇਂ ਝੂਮਦਾ ਜਾਂਦਾ ਹੈ। ਸਿੱਖਾ ਮੰਗਾਂ ਮੰਗ ਗੁਰੂ ਦੇ ਚਰਨਾਂ ਵਿੱਚੋਂ, ਰੱਜ ਰੱਜ ਕੇ ਮੰਗ, ਪਰ ਸਾਰੀ ਜ਼ਿੰਦਗੀ ਇਹ ਕੁਝ ਨਾ ਮੰਗਦਾ ਨਹੀਂ ਜਿਹੜਾ ਬਿਨਸਨਹਾਰ ਹੈ। ਕਦੇ ਇਹ ਮੰਗੀ ਸੱਚੇ ਪਾਤਸ਼ਾਹ ਮੇਰੇ ਮਨ ਚ ਚਾਅ ਪਾ ਦੇ, ਮੇਰੇ ਮਨ ਚ ਪ੍ਰੇਮ ਦੀ ਖੇਡ ਬਣਾ ਦੇ, ਮੈਂ ਦੌੜ ਦੌੜ ਕੇ ਤੇਰੀ ਸਿੱਖੀ ਮੰਗਣ ਵਾਸਤੇ ਤੇਰੇ ਚਰਨਾਂ ਵੱਲ ਨੂੰ ਆਵਾਂ। ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਪ੍ਰੇਮ ਦੇ ਮੰਡਲ ਵਿੱਚ ਭਾਈ ਫੱਗੂ ਜੀ ਪਲੰਗ ਦੀਆਂ ਪ੍ਰਕਰਮਾ ਕਰਦੇ ਆ, ਏਦਾਂ ਮਹਿਸੂਸ ਕਰਦੇ ਆਪਣੇ ਦਿਲ ਦੀ ਦੁਨੀਆ ਵਿੱਚ ਕਿ ਗੁਰੂ ਸਾਹਿਬ ਜੀ ਆ ਰਹੇ ਨੇ। ਹੁਣ ਗੁਰੂ ਸਾਹਿਬ ਜੀ ਪਲੰਗ ਤੇ ਬੈਠ ਗਏ। ਹੁਣ ਆਮ ਜਿਹੜੀ ਸਧਾਰਨ ਦੁਨੀਆ ਨਾ ਗੁਰਮੁਖੋ, ਉਹ ਇਹਨਾਂ ਕੌਤਕਾਂ ਨੂੰ ਇੱਕ ਫਾਲਤੂ ਚੀਜ਼ ਸਮਝੇਗੀ, ਪਰ ਜਿਨ੍ਹਾਂ ਦੇ ਪ੍ਰੇਮ ਦੇ ਵਿੱਚ ਕੋਈ ਫਰਕ ਨਹੀਂ, ਕੋਈ ਮਿਲਾਵਟ ਨਹੀਂ, ਉਹਨਾਂ ਦੀਆਂ ਬਾਤਾਂ ਕੌਣ ਬਿਆਨ ਕਰ ਸਕਦਾ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਰਾਤ ਜਾਗਦਿਆਂ ਹੋਇਆਂ ਗੁਜ਼ਰੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾਸ ਨੇ ਪਹਿਲਾਂ ਵੀ ਕਈ ਵਾਰੀ ਅਰਜ਼ ਕੀਤੀ ਹੈ, ਸਾਡੇ ਮਨ ਵਿੱਚ ਉਤਸ਼ਾਹ ਹੀ ਹੈ ਨਹੀਂ ਕਿ ਆਪਾਂ ਆਪਣੇ ਗੁਰੂ ਸਾਹਿਬ ਦਾ ਇਤਿਹਾਸ ਹੀ ਪੜ੍ਹ ਲਈਏ, ਘਰ ਬੈਠ ਕੇ ਪੜ੍ਹ ਲਈਏ, ਅਖਬਾਰ ਆਪਾਂ ਪੜ੍ਹਦੇ ਹਾਂ, ਮੈਗਜ਼ੀਨ ਪੜ੍ਹਦੇ ਹਾਂ, ਖਬਰਾਂ ਸੁਣਦੇ ਹਾਂ, ਜੇ 15-20 ਮਿੰਟ ਰੋਜ਼ ਇਸ ਕੰਮ ਲਈ ਵੀ ਕੱਢ ਦਿਆ ਕਰੀਏ ਕਿ ਸੱਚੇ ਪਾਤਸ਼ਾਹ ਅਸੀਂ ਆਪ ਜੀ ਦਾ ਜੀਵਨ ਦਰਸ਼ਨ ਕਰ ਸਕੀਏ। ਦੇਖੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਸਭ ਤੋਂ ਲੰਬੀਆਂ ਯਾਤਰਾਵਾਂ ਕੀਤੀਆਂ। ਜਿੱਥੇ ਜਿੱਥੇ ਮਹਾਰਾਜ ਜੀ ਗਏ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਨੇ ਤਕਰੀਬਨ ਉਹਨਾਂ ਥਾਵਾਂ ਤੇ ਜਾਣ ਦਾ ਯਤਨ ਕੀਤਾ ਜਿੱਥੇ ਪਹਿਲੇ ਜਾਮੇ 'ਚ ਬੂਟਾ ਲਾਇਆ ਸੀ, ਜਾ ਕੇ ਦੇਖਾਂ ਤੇ ਸੀ ਕਿੰਨਾ ਕੁ ਖਿੜਿਆ ਹੋਇਆ, ਜਾ ਕੇ ਸਿੰਜਦੇ ਰਹੇ। ਅੱਜ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਇਸ ਇਲਾਕੇ ਵਿੱਚ ਸਨ, ਅੰਮ੍ਰਿਤ ਵੇਲਾ ਘੋੜੇ ਤੇ ਸਵਾਰ ਹੋਏ ਸਸਰਾਮ ਦੀ ਧਰਤੀ ਤੇ ਪਹੁੰਚ ਗਏ। ਭਾਈ ਫੱਗੂ ਬੈਠਾ ਪਲੰਘ ਦੇ ਕੋਲ, ਭੈਣਾਂ ਮਾਤਾਵਾਂ ਨੂੰ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ, ਨੋਟ ਕਰ ਲਿਓ ਦਾਸ ਦੀ ਬੇਨਤੀ, ਹਰ ਵਾਰੀ ਬੇਨਤੀ ਕਰਨ ਦੀ ਲੋੜ ਨਾ ਪਵੇ, ਜਿਹੜੀ ਭੇਟਾ ਤੁਸੀਂ ਮਾਇਆ ਦੀ ਰੱਖਣੀ ਹੁੰਦੀ ਮਹਾਰਾਜ ਦੇ ਚਰਨਾਂ 'ਚ ਰੱਖਿਆ ਕਰੋ। ਇੱਕ ਤੇ ਸੰਗਤ ਦਾ ਧਿਆਨ ਖਿੰਡਦਾ, ਇੱਕ ਇਕਾਗਰਤਾ 'ਚ ਫਰਕ ਪੈਂਦਾ, ਇੱਥੇ ਰੱਖ ਕੇ ਨਮਸਕਾਰ ਕਰਕੇ ਆਪੋ ਆਪਣੇ ਸਥਾਨਾਂ ਤੇ ਬੈਠਿਆ ਕਰੋ। ਭਾਈ ਫੱਗੂ ਜੀ ਉਡੀਕ ਵਿੱਚ, ਤਾਂਗ ਵਿੱਚ, ਬੇਤਾਬੀ 'ਚ ਬੈਠੇ ਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ, ਘੋੜੇ ਤੇ ਚੜੇ ਚੜਾਏ ਨਾ, ਵੱਡਾ ਦਰਵਾਜ਼ਾ ਸੀ ਵਿੱਚੋਂ ਲੰਘ ਕੇ ਅੰਦਰ ਚਲੇ ਗਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਦੇਖਿਆ। ਹੁਣ ਇਸ ਅਵਸਥਾ ਦੀ ਵਿਆਖਿਆ ਕੀ ਹੈ? ਦਰਸ਼ਨ ਦੇਖਤ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਇਹਦੀ ਵਿਆਖਿਆ ਕੌਣ ਕਰੂਗਾ? ਜੇ ਕਰਾਂਗੇ ਅਧੂਰੀ ਰਹੇਗੀ, ਪੂਰੀ ਨਹੀਂ ਹੋ ਸਕਦੀ। ਇਹਦੀ ਵਿਆਖਿਆ ਉਹੀ ਕਰ ਸਕਦਾ ਹੈ ਜਿਹਨੇ ਦਰਸ਼ਨਾਂ ਦੀ ਦਾਤ ਨੂੰ ਪ੍ਰਾਪਤ ਕਰ ਲਿਆ। ਭਾਈ ਫੱਗੂ ਜੀ ਨੇ ਦੇਖਿਆ ਸਾਹਿਬ ਜੀ ਆ ਗਏ, ਘੋੜੇ ਤੋਂ ਉਤਰਨ ਲੱਗੇ, ਇੱਕਦਮ ਚਰਨ ਫੜ ਕੇ ਖਲੋ ਗਿਆ। ਸੱਚੇ ਪਾਤਸ਼ਾਹ, ਇੱਕ ਤੇ ਆਹ ਘੋੜਾ ਨਾ ਜਿਹਦੇ ਤੇ ਚੜ੍ਹ ਕੇ ਇਸ ਸਸਰਾਮ ਦੀ ਧਰਤੀ ਤੱਕ ਆਏ ਜੇ, ਸੱਚੇ ਪਾਤਸ਼ਾਹ ਇੱਕ ਆ ਮੇਰਾ ਸਰੀਰ ਵੀ ਤੇ ਤੁਹਾਡਾ ਘੋੜਾ ਹੀ ਹੈ। ਮੇਰਾ ਸਰੀਰ ਵੀ ਤੁਹਾਡਾ ਹੀ ਘੋੜਾ ਹੈ, ਕਿਉਂਕਿ ਸਿੱਖ ਇਸ ਸਰੀਰ ਨੂੰ ਆਪਣਾ ਨਹੀਂ ਮੰਨਦਾ। ਨੋਟ ਕਰ ਲਿਓ, ਜਦੋਂ ਆਪਾਂ ਆਪਣੇ ਸਰੀਰ ਨੂੰ ਹੀ ਆਪਣਾ ਨਾ ਮੰਨਾਂਗੇ ਤੇ ਬਾਕੀ ਸਾਰੀ ਦੁਨੀਆ ਸਾਡੀ ਆਪਣੀ ਵੀ ਨਹੀਂ ਹੋਏਗੀ।
सारी दुनिया ताई है ना जे साडा शरीर है जे साडा शरीर ही गुरु दा आपां मन लिया ते फिर आपां ए भी मान लांगे कि सब कुछ ही गुरु दा है शरीर किवें मन्नीए कदे गुरु ग्रंथ साहिब सच्चे पातशाह जी दे चरणां दे विच आके प्यार लिया करिए तुमरी किरपा ते मानुख दे पाई है 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 सारे बोलो देहो तरस हर राया देहो तरस हर तुमरी किरपा चे मानुख दे पाई है तुमरी किरपा चे मानुख दे पाई है तुमरी कृपा ते मानुख दे पाई है देहो दर्श हर राया एक आ घोड़ा जी ते तुसी चढ़ के आए जे एक आ शरीर जेड़ा घोड़ा तुसी मेनू दिता सवारी करन लई आपां शरीर नहीं गुरमुखो आपां ते इस शरीर दे मालक हां पर काम हो गया उल्टा जेड़ा मालक सी उन्हें चढ़ना सी घोड़े ते घोड़ा साडे उत्ते चढ़ गया सारी संगत बोलो सतनाम श्री वाहिगुरु चढ़ना ते सी मालक ने घोड़े ते खालसा सो जो चढ़े तुरंग तुरंग कहंदे घोड़े नू महाराज जी गुरु गोबिंद सिंह सच्चे पातशाह जी दा सिंह कौन है जेड़ा अपने शरीर दे उत्ते अपने मन दे उत्ते सवारी करदा है अपने मन नूं अपने शरीर नूं अपने उत्ते सवारी नहीं करन दिंदा फर्क सिर्फ इन्ना ही है खालसा जेड़ा है वह मन दा राजा है मन उहदे अंडर चलदा है आपां अपने मन दे अंडर चलदे हां इस करके राजे होण दे बावजूद भी मंगते बने तुरे फिरदे हां भाई फगू जी कहंदे सच्चे पातशाह हुण एक कृपा कर दिओ इस पलंग ते चरण धरण तो पहला मेरे शरीर रूपी घोड़े ते चरण धरो महाराज जी मेरे कंधे ते मेरे मोढ़े ते पहला चरण टिकाओ यह है सिखी कमाउणी गुरमुखो प्रेम दीआं बातां लंमीआं बातां प्रीत दीआं पर एक पल विच मुक जांदीआं है जे वाटा का सफर समझ के किया जाए गुरु तेग बहादुर सच्चे पातशाह जी ने चरण धरिया मोढ़े ते दूसरा चरण पलंग ते टिकाया चौंकड़ा लगा के बैठ गए संगत आ गई सारा शहर नगर निवासी लोग एकत्र हो गए हुण संगतां नूं पता लग गया कि भाई फग्गू दे परिवार का असल विच मुखिया कौन है प्रेरणा स्रोत होंदे ना गुरसिख गुरमुखो प्रेरणा दायक होंदे आ समाज वास्ते अज समुची लुकाई नूं पता लग गया कि भाई फग्गू अपनी जिंदगी दी वागडोर अपने गुरु नूं सौंप चुके
संगत आईया भाई फगू ने ना जेडी संगत को दसवंध की भेटा कट्ठी की सी लिया के महाराज के चरणा च रखती सारा कुछ लिया के ढेरी करता। गुरु तेग बहादुर सच्चे पातशाह जी ने संगतां दीयां सारीयां वस्तुआं वल बड़े प्यार नाल तकिया तक के ना कहन लगे भाई फगू जो कुछ संगतां ने गुरु वास्ते दिता ना वह अपने कोल नहीं रखना चाहिए। हुण गुरमुखो एकदम नहीं बोलिया काला नहीं पिया क्योंकि धीरज सी अंदर जदों आपां काले ना पईए धीरज होवे ना अंदर गुरमुखो मुश्किलां अपने आप आसान हो जांदियां। चंगी तरह अपने मन दा मंथन कीता सुरत नूं अपने अंदर घुमा के देखिया मना भुलण अंदर सब को अभुल गुरु करतार ना गुरु भुल सकदा ना रब भुल सकदा भुलण हार ते तू ही है ना ते चेते कर कि तू केड़ी चीज भुल गया जिहड़ी महाराज दे चरणां च नहीं रखी। भुलण विच किया सब कोई करता आप ना भुल असी भुलण विच आ रब भुलण विच है नहीं गुरु नहीं भुलदा कुछ भी। सच्चे पातशाह कृपा कर दिओ मैनूं चेते करा दिओ मैं किहड़ी चीज भुल गया। तू समर्थ वड्डा मेरी मत थोरी राम पालहि अकिरत घणा पूर्ण दृष्ट तेरी राम। जदों कुछ याद ना आया ना गुरमुखो खिमा मंग ली हाथ जोड़ के सच्चे पातशाह असी जीव भुलण हार तुसी बख्शें दो मैं अपनी सोच दे मुताबक सब कुछ लिया के तुहाडे चरणां च भेट करता महाराज जी जे कुछ बकाया रह गया कृपा करके दस दो। गुरु तेग बहादुर सच्चे पातशाह जी ने हुण संगत विचों उठ के खड़ो गए भाई फगू नूं बांह तों फड़ दिया बाहर चले गए वेड़े विच एक बेरी दा रुख है बेर लगे हुए सतगुरु सच्चे पातशाह जी उंगली दा इशारा करके कहिंदे भाई फगू बोल के दस ये बेरी साडी नहीं। उस समय धा के चरणा ते डिग पिया अखियां चो हंझुआ की धारा वग रही है ते सतगुरु सच्चे पातशाह जी दे चरणा दे नाल लिपट के की बोलदा बख्श ले हो महाराज हमें अपराधी हमें अपराधी बख्श ले हो महाराज हमें अपराधी हमें अपराधी बख्श ले हो महाराज हमें अपराधी बख्श ले हो महाराज हमें अपराधी हमें अपराधी साधु भूलते तुम बख्शन हारे चरण फड़ के पुट्टी जा रहे अखियां चो हंझू। गुरु तेग बहादुर सच्चे पातशाह जी नूं कहिंदा सच्चे पातशाह सचमुच मैं भुल गया सी ये बेरी तुहाडी है इस नूं लगे हुए बेर तुहाडे है। हुण सिख दी ते गुरु दी अंदरली गलबात सिख जाणदा सी जां गुरु जाणदा सी चंगा हुंदा है जे अंदरलियां गल्लां गुरु नाल ही सांझियां रखियां जाण।
ਆਪਾਂ ਤੇ ਮਹੀਨਾ ਕੋ ਪਾਠ ਕਰਕੇ ਸਾਰੇ ਮਹੱਲੇ ਨੂੰ ਜਿੰਨੀ ਦੇਰ ਤੱਕ ਪਤਾ ਨਾ ਲੱਗਦੇ ਵੀ ਇੰਨੇ ਪਾਠ ਕੀਤੇ ਆ ਸਾਹ ਨਹੀਂ ਲੈਂਦੇ ਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਨਹੀਂ ਬੋਲਣਾ ਮੈਨੂੰ ਪਤਾ ਹੈ ਪਰ ਮੈਂ ਚਾਹੁੰਦਾ ਅੱਜ ਮੇਰਾ ਹੁਕਮ ਹੈ ਬੋਲ ਕੇ ਦੱਸ ਇਹ ਬੇਰੀ ਸਾਡੀ ਕਿਵੇਂ ਆ ਭਾਈ ਫੱਗੂ ਜੀ ਨੇ ਹੱਥ ਜੋੜ ਕੇ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਖਲੋਤੀਆਂ ਸਨਮੁਖ ਖੜੀਆਂ ਇਹ ਵਿਥਿਆ ਸੁਣਾਈ ਭਾਈ ਫੱਗੂ ਜੀ ਕਹਿੰਦੇ ਸੱਚੇ ਪਾਤਸ਼ਾਹ ਮੈਂ ਗਿਆ ਸੀ ਸੰਗਤਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਏ ਸੀ ਜਾ ਕੇ ਗੁਰਸਿੱਖਾਂ ਦੇ ਘਰਾਂ ਵਿੱਚੋਂ ਦਸਵੰਧ ਇਕੱਠਾ ਕਰਨ ਲਈ ਗਿਆ ਸੀ ਇੱਕ ਦਰਵਾਜ਼ਾ ਖੜਕਾਇਆ ਉਸ ਘਰ ਦਾ ਮਾਲਕ ਗੁਰਸਿੱਖ ਘਰ ਵਿੱਚ ਮੌਜੂਦ ਨਹੀਂ ਸੀ ਉਸ ਦੀ ਘਰਵਾਲੀ ਉਸ ਦੀ ਬੀਬੀ ਉਸ ਦੀ ਧਰਮ ਪਤਨੀ ਉਹਨੇ ਦਰਵਾਜ਼ਾ ਖੋਲਿਆ ਮੈਂ ਹੱਥ ਜੋੜ ਕੇ ਉਹਨੂੰ ਆਖਿਆ ਭੈਣੇ ਮੇਰੀ ਇਹ ਬੱਚੀਏ ਮੈਂ ਗੁਰੂ ਦਾ ਸੇਵਾਦਾਰ ਹਾਂ ਦਸਵੰਧ ਲੈਣ ਵਾਸਤੇ ਆਇਆ ਜੋ ਕੋਈ ਤੁਸੀਂ ਗੁਰੂ ਦੇ ਨਾਮ ਤੇ ਦੇਣਾ ਚਾਹੁੰਦੇ ਹੋ ਮੇਰੀ ਝੋਲੀ ਪਾ ਦਿਓ ਸੱਚੇ ਪਾਤਸ਼ਾਹ ਉਸ ਬੀਬੀ ਨੇ ਇੱਕ ਵਾਰੀ ਇਹ ਕਹਿ ਕੇ ਟਾਲਣ ਦਾ ਯਤਨ ਕੀਤਾ ਕਹਿਣ ਲੱਗੀ ਤੁਸੀਂ ਫੇਰ ਆ ਜਾਇਓ ਅੱਜ ਸਮਾਂ ਨਹੀਂ ਅੱਜ ਘਰ ਚ ਕੋਈ ਹੈ ਨਹੀਂ ਭਾਈ ਫੱਗੂ ਜੀ ਕਹਿੰਦੇ ਫਿਰ ਪਤਾ ਨਹੀਂ ਆਇਆ ਜਾਏ ਜਾਂ ਨਾ ਆਇਆ ਜਾਏ ਇਹ ਗੱਲ ਤੇ ਬੜੀ ਸਧਾਰਨ ਹੈ ਪਰ ਹੈ ਬਿਲਕੁਲ ਗੁਰਮਤ ਦੇ ਅਨੁਕੂਲ ਹੈ ਜੇ ਆਪਾਂ ਕਹਿ ਦਈਏ ਨਾ ਵੀ ਅਗਲੀ ਪੂਰਨਮਾਸ਼ੀ ਨੂੰ ਫਿਰ ਆ ਜਾਇਓ ਕਹਿ ਦਿੰਦੇ ਹਾਂ ਆਪਾਂ ਕਿਉਂਕਿ ਸਾਡਾ ਫਰਜ਼ ਹੁੰਦਾ ਬੇਨਤੀ ਕਰਨ ਦਾ ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਪੀਕਰ ਵਿੱਚ ਬੋਲ ਕੇ ਕਹਿਣ ਵਾਲਿਆ ਕਿ ਅਗਲੀ ਪੂਰਨਮਾਸ਼ੀ ਨੂੰ ਫਿਰ ਆ ਜਾਇਓ ਤੈਨੂੰ ਖੁਦ ਹੀ ਨਹੀਂ ਪਤਾ ਕਿ ਤੂੰ ਅਗਲੀ ਪੂਰਨਮਾਸ਼ੀ ਤੱਕ ਰਹਿਣਾ ਜਾਂ ਨਹੀਂ ਰਹਿਣਾ ਸਾਰੀ ਸੰਗਤ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਜੋ ਬਾਣੀ ਕਹਿ ਲਈ ਹੈ ਨਾ ਭਾਈ ਫੱਗੂ ਜੀ ਕਹਿੰਦੇ ਪਤਾ ਨਹੀਂ ਫੇਰ ਆਇਆ ਜਾਏ ਜਾਂ ਨਾ ਆਇਆ ਜਾਏ ਮਹਾਰਾਜ ਜੀ ਵੀ ਸਾਨੂੰ ਇਹੀ ਕਹਿ ਰਹੇ ਆ ਭਾਈ ਇਹ ਤੈਨੂੰ ਵਾਰੀ ਮਿਲ ਗਈ ਮੁੜ ਕੇ ਪਤਾ ਨਹੀਂ ਚੱਕਰ ਲੱਗਣਾ ਇਸ ਧਰਤੀ ਦਾ ਕਿ ਨਹੀਂ ਲੱਗਣਾ ਇਸ ਵਾਰੀ ਨੂੰ ਸਾਂਭ ਲਾ ਸੰਭਾਲ ਲਾ ਵੇਲੇ ਨੂੰ ਐਸਾ ਸਮਾਂ ਤੈਨੂੰ ਫੇਰ ਨਾ ਮਿਲੇਗਾ ਐਸਾ ਸਮਾਂ ਤੈਨੂੰ ਫੇਰ ਨਾ ਮਿਲੇਗਾ ਜਪਣ ਦੀ ਕਦੇ ਨਾ ਢਿੱਲ ਕਰੀਏ ਸਵਾਸਾਂ ਦਾ ਭਰੋਸਾ ਕੋਈ ਨਾ ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ ਸਵਾਸਾਂ ਦਾ ਭਰੋਸਾ ਕੋਈ ਨਾ ਸਾਰੇ ਬੋਲੋ ਜੀ ਜਪਣ ਦੀ ਕਦੇ ਨਾ ਢਿੱਲ ਕਰੀਏ ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ ਨਾਮ ਜਪਣ ਦੀ ਕਦੇ ਨਾ ਢਿੱਲ ਕਰੀਏ ਹਰ ਜਪਦਿਆਂ ਖਿੰਨ ਢਿੱਲ ਨਾ ਕੀਜਈ ਮੇਰੀ ਜੰਦੜੀਏ ਮਤ ਇਹੋ ਜਪ ਹੈ
कि साहू आवे कि ना आवे रा। हम आदमी हाँ एक दमी मोहलत मोहत ना जाना, नानक बिन मैं तिसा सरीब हो जाके जी प्राणा। बीबी कहती फिर आ जाओ, भाई भगू जी कहते पता नहीं फिर आया जा ना आया जाए। हुण सारियां बीबियां सोचदियां होणगियां कि बीबी नूं इस तरह नहीं सी करना चाहिए, इस तरह नहीं सी बोलना चाहिए। बिल्कुल सच गल है, मुड़ के पता नहीं आया जाए या ना आया जाए। जिन्नी को सेवा होनी सी वह कर देनी चाहिए सी। हुण मैं बेनती करा सारियां मतावां भैणां नूं, खालसे दा साजना दे विसारिया थोड़े दिन रह गए, पता नहीं अगले साल सानू देखन नूं मिलना जां नहीं मिलना, पता नहीं मुड़ के आया जाए जां ना आया जाए। इन्हां विसाखी दे समागमां दे दर्शन करन लई गुरमुखो दूजियां दीआं गल्लां सुण के अपने ते लागू करिए, अमृत छक के गुरु वाले बण जाइए, गुरु के जहाजे चढ़ जाइए। दावे ना बनिए कि अगले साल छकांगे। महाराज जी कहंदे इक पल दा भरोसा नहीं, तू सालां दीआं गल्लां करी जांदा, इक दम दा वी भरोसा नहीं। भाई फग्गू जी कहंदे बीबा जो कुछ है दे दे, मुड़ के पता नहीं आया जाए जां ना आया जाए। वो बीबी लड़ी हुई सी अपने पति नाल, बड़ा कलेश चलदा रहिंदा गुरमुख घरां विच। वैसे कदी कदी चंगा भी लगदा। एक पति पत्नी की रोज लड़ाई होंदी सी गुरमुख, रोज सारा दिन चल सो चल कर। पति का सुभा सी रोज धमकी दिंदा सी कि मैं अज मर जाना गड्डी थले जाके, अज मर जा। उहदी घरवाली नूं पता सी इहदी आदत, कई महीनों तो सुनदी आ रही सी। अज फिर लड़ाई हुई, कहिंदा मैं मर जाऊं गड्डी थले आके। कहिंदी जाओ जी बड़ी खुशी की गल है, जाओ मरो। हुण कह चुका सी तुर पिया, थोड़ी दूर जाके वापस आ गया। आके कहिंदा चलिया मरन, इदां कर चार प्रशादे पका दे, प्रशादे पका दे नाल लै जांदा। बीबी कहिंदी चले ते मरन, प्रशादे छक के क्यों मरना, ये प्रशादे किसी होर दे काम आ जाणगे, रहण दो, मरो जाके रोज कहने। कहिंदा तैनूं पता नहीं अजकल गड्डियां बड़ियां लेट हो जांदियां, जे गड्डी 5-7 घंटे लेट होगी तो मैं भुखा बैठा रहूंगा, उन्नी देर प्रशादा ते छक लूंगा। एक गल हसण वाली नहीं गुरमुख, साडी गल है। आपां भी सोचते हैं भी साडी मौत की गड्डी अजे लेट आनी है, लेट आनी अजे नहीं आनी। चार प्रशादे की कहिंदे, चार साल खलो के अमृत छक लांगे। सारी संगत बोलो सतनाम श्री वाहिगुरु। बाकियां नूं चढ़ाउण वालियां गड्डियां आ रही हैं, पर साडी अजे लेट है, असीं नहीं अजे मरना। अजे होर अपनियां मनमर्जियां चार कु साल कर लीए, पर सच्चे पातशाह जी कहिंदे भाई नहीं, आ मैं तैनूं दस दिया, तैनूं चेते करा दिया। चार घड़ी दा परौना आया जग ते, दावे बने मुद्दतां दे। चार घड़ी दा परौना आया जग ते, दावे बने मुद्दतां दे। जैसे रहन प्रहुने
उठ चल सै प्रभात, क्या त्यों रत्ता ग्रिस्त स्यों सा फुला की बगात। चार घड़ी का प्रौना संसार ते आया, बड़ियां लम्मियां उड़ीकां, बड़े लम्मे सुपने, बड़े लम्मे दावे मुद्दतां दे बन के बैठे। भाई फगू जी कहंदे, बीबी भैने मेरी बचिए, जो कुछ देना दे मेरी झोली च पा, पता नहीं फिर आया जाए या ना आया जाए। गल ते बड़ी सादी पर है बड़ी डूंगी। बीबी का सुभा सी उस समय मन की बिरती इदां दी सी, लड़ी हुई सी, कलेश विच सी, कूड़ा इकट्ठा करके सिटन जा रही सी। भाई फगू की झोली दे विचों कूड़े वाला जिहड़ा टोकरा सी ना उल्टा दित्ता। हुण देखो गुरमुखो, भाई फगू जी ने रोस नहीं कीता। रोस ते तां करदे जे मन च रोस हुंदा। अपने कोल जो कुछ हुंदा है आपां उही कुछ दिंदे आ ना दूजिआं नूं। गुस्सा सानूं क्यों हुंदा? क्योंकि साडे अंदर गुस्सा बैठा है, उह आपां दूजिआं नूं दे जांदे आ। रब दे प्यारिआं दे अंदर रोस हुंदा ही नहीं। रोस ना काहूं संग करो अपन आप निवार। रोस ते उहनां दे मन च रिहा ही नहीं। भाई फगू जी जे रोस करना भी चाहते तो रोस कर नहीं सी सकते, क्योंकि रोस उन्होंने जीवन चो मुक गया सी। जिथे धीरज आ जाता उथे रोस नहीं हुंदा। भाई फगू जी ने ना अपनी झोली दे चारे लड़ समेट के बीबी नूं असीस दित्ती, भैणे जिउंदी रहि बसदी रहि। तुर पे घर आए, गुरु तेग बहादुर सच्चे पातशाह जी सुन रहे, संगतां सुन रही हैं। महाराज जी आप जी ने मेरे मन च वस के एक फुरना पाता। जिन्ने भी चंगे फुरने आ ना गुरमुखो, यह समझिया करिए कि गुरु ने पाए आ। आ जिहड़ा संगत विच आपां आए हां, गुरु ने फुरना पाया साडे मन च, नहीं तो साडी की हिम्मत सी महाराज के चरणां च आ जांदी। रोकण वाली बड़ी दुनिया, मजाकां करन वाली बड़ी दुनिया, वेले कहण वाली बड़ी दुनिया, परिवार के मैंबर ही नहीं तुरन देंदे किसी पासे। ये चंगा फरना पाया संगत विच आउण दा साडे गुरु ने। आपे संगत सद बहाला, आपे विदा करावे, आप सदा। भाई फगू जी कहंदे, सच्चे पातशाह मैं उस मिट्टी नूं छाणिया, छाननी विच पा के सारी मिट्टी थले चलेगी, छाननी दे विच इक बेर दी गिड़क रहेगी। सच्चे पातशाह मैं तुहानूं याद करके ना उस गिटक नूं अपने वेड़े विच बीज दिता। बेरी उग पई, आप जी दा नाम लैके उहनूं पाणी दिंदा रहा, उहदी संभाल करदा रहा। सच्चे पातशाह मैं भुल गया सी, सचमुच बेरी भी तुहाडी ते इहनूं लगे हुए बेर भी आप जी दे। संगतां देख रही हैं गुरु तेग बहादुर सच्चे पातशाह जी के चरणों में खलो के भाई फगू जी कहंदे, सच्चे पातशाह सच है जैसा सतगुरु सुनी दा तैसो ही मैं डीठ। बिछड़िया मेले प्रभु हर दरगह का बसीठ, कोई साडे गल च सरूपा पाए उहनूं ते प्यार करना साडा फर्ज है। कोई सानू मैडल देवे उहदा सत्कार करना ते साडा फर्ज है। कोई सानू वधिया चंगा भोजन छकाए उहदा धन्नवाद करना ते साडा फर्ज है। कोई सानू सोहणी गिफ्ट खरीद के देवे उहदा थैंक यू कहना ते साडा फर्ज है। पर मेरे सतगुरा जिहड़ा तैनूं कूड़ा भी दे दिंदा ना, कूड़ा इकट्ठा करके, तूं उहनूं भी अपने मन विच्चों कदे रोस नहीं करदा, उन्होंने कदे नफरत नहीं करता। तेरा इन्ना वड्डा दिल है। अज संगतां देख रही हैं भाई फगू दा जीवन ते गुरु तेग बहादुर सच्चे पातशाह जी दी शख्सियत। आओ एक धारणा पढ़िए फिर समाप्ति, कोई रसना बांधी ना रहे। तैसो ही मैं डीठ जैसा सुनया, जैसा सुनया,
तैसो ही मैं डीठ जैसा सुनया जैसा सुनया सुनी दास सत गुरु मेरा अखियां ने वेख लिया सुनी दास सत गुरु मेरा अखियां ने वेख लिया सतगुरु मेरा अखियां ने वेख लिया जैसा सुनींदा सी सतगुरु मेरा अखियां ने वेख लिया जैसा सतगुर सुनींदा तैसो ही मैं डीठ विछड़िया मेले प्रभु हर दरगह का बसीठ सतगुरु सच्चे पातशाह जी अज संगतां देख रही आप जी की वड्याई जिस तरह का सुभाव मेरे साहब जी का बाणी विच वर्णन किया जिस तरह का सुभाव परमात्मा का जिस तरह का बड़ा दिल रब का है मेरे साहब जी आप जी भी उन्ने विशाल दिल के मालिक अपने सतगुरु कह बलिहारी अग है सुख पातशाह सुख सहजा कर आनंद हमारे अज भाई फगू जी की करनी उन्हों का जीवन भी प्रगट हो गया ते सतगुरु सच्चे पातशाह गुरु तेग बहादुर महाराज जी दी वडियाइयां भी संगत दे हिरदियां विच दृढ़ हो गईयां आओ पहला भी आप जी ने बहुत वारी इह प्रसंग सुनिया होगा गुरमुखो पर मैं देख रहा जिहड़ा संगत विच टिका जिहड़ी एकाग्रता ना गुरमुखो जे मेरा परमात्मा मेरा सतगुरु नित नवा है ते उहदियां गल्लां भी नवीआं बिल्कुल नवीआं ताजीआं भावे जिन्नी मेरी मर्जी आप सुनी जाइए मन कदे भरदा नहीं कल गुरु तेग बहादुर सच्चे पातशाह जी का गुरु तगत दिवस सी इस करके उन्होंने अपनियां भावनावां श्रद्धा अपना प्यार संगती रूप दे विच उन्हां दे चरणों में भेट करना बनता सी इस करके साहब जी ने कृपा की है तुच्छ बुद्धि के मुताबक साहब जी के जीवन की एक झलकापन देखने का यतन किया बेअंत प्रकार दी गलतियां भुला चुका हो जाती हैं संगत बख्शनहार है गुरु पातशाह जी सदा 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 ही बख्शिंद ने सानू औगणा दे नाल भरिया होया नू अपने चरणा दे नाल जोड़ी रखना मैं गरीब सच टेक तू मेरे सतगुर पूरे देख तुम्हारा दर्शनों मेरा मन धीरे
मैं गरीब हाँ, गरीब इस करके हाँ कि मेरे जीवन में चंगे गुण नहीं, चंगा सुभा नहीं, चंगी बिरती नहीं, चंगा इखलाक नहीं, चंगा आचार नहीं, चंगा शिष्टाचार नहीं। एक गरीबी अंदर दी है, बाहर दी गरीबी नहीं, अंदर दी गरीबी। सच्चे पातशाह पर मैनूं एक भरोसा है, मैं बेशक गरीब हाँ पर मेरे गुरु दे विच कोई कमी नहीं, मेरे सतगुरु पूरे। मैं खाली हाँ, मेरा मुरशद भरिया होया। जिवें कहिंदे ऐ मैं नीवा मेरा मुरशद उच्चा, मैं उच्चियां दे संग लाई, सदके जावां उच्चियां दे जिन्हां नीवियां नाल निभाई। मैं गरीब सच टेक तूं मेरे सतगुरु पूरे, देख तुम्हारा दर्शनों मेरा मन धीरे। तेनू देख देख के मैनू धीरज मिली जांदा, भावें मैं अधूरा भावें गरीब हाँ, आत्मक गुण नहीं मेरे विच, पर तेनू देखदा ते मेरे मन नू तसल्ली मिलदी है कि मैं भावें जिन्नियां मर्जी गलतियां करी जा, जिदा मैं लड़ फड़िया ना उहदा दिल इन्ना कु वड्डा, उह इक पल दे विच सारियां गलतियां नू खिमा कर सकदा। मेरे मन नू इक तसल्ली मिलदी है तेनू देख के, देख तुम्हारा दर्शनो मेरा मन धीरे। ते आओ अखीर विच की वचन आए है, सच्चा गुणी निधान, सच्चा आद सच जुगाद सच है भी सच नानक होसी भी सच। गुणा दा खजाना, गुणा दा मालक तू प्रभ, गैर गंभीरे सच्चे पातशाह तू बहुत ही गंभीर, बहुत ही टिकिया होया, बहुत ही संजीदगी नाल भरिया होया। आस भरोसा खसम का नानक के जीरे, मेनू केवल ते केवल तेरे चरणा दी आस है, तेरा ही भरोसा है, तेरिया ही उम्मीदा मेरे जीवन विच हन। आओ साहब जी ने कृपा कीती है, सरबत संगतां ने रल मिल के आनंद माणिया। परदास ने जिहड़ी आरंभ च बेनती कीती सी ना गुरमुखो, उह बेनती नूं आपां ध्यान नाल महाराज दा हुक्म जाण के समझीए। आप जी जिधर नूं बैठे हो ना मुख करके, दास दी सामने निगाह पै रही उदों दी, पता नहीं की हो रहा सामने, एक मेले का माहौल, बच्चे तुरे फिर बीबिया भैन, ये ठीक नहीं गुरमुखो, नहीं ठीक। गुरद्वार मेले नहीं लगते होंगे, सतसंगत होंगी है। इस करके सनिमर बेनती संगत के चरणा च प्रबंधक हाथ जोड़ जोड़ के थक जाते हैं कि भाई अंदर बैठ जाओ, बड़े बहाने बनाने आप। वैसे कर्मा तो बिना भागा तो बिना बैठे मिली जाता, सारी संगत बोलो सतनाम श्री वाहिगुरु। जिन के चित कठोर हैं से बहना सतगुरु पास, करड़े वचन ने पर है साडे वास्ते। उत्थे सच वरतदा कुड़ियारा जित उदास, कहिंदे जिहड़ा भोजन अंदर वरत रहा साडे काम दा ही नहीं, चलो बाहर चल जा। आओ इन्हां दे भाग वड्डे हुंदे आ ना गुरमुख, ओह महाराज दे नेड़े आ के बहिंदे आ, उहनां नूं पता है सज्जन सच्चा पातशाह सिर साहांदे साहू, जिस पास बैठे आ सोही है सभनां दा वेसा। अगे तो आपां कोशिश करिए, टाइम खराब करना ते अपने घरां दी ठीक आ, फिर जे गुरद्वारे आउणा ते गुरु दी मर्यादा अनुसार आओ, बैठो महाराज दी हजूरी विच आके सुणो। इस करके इन्हां बेनतियां नूं ध्यान पूर्वक सरवण करके अपने हिरदयां च वसाउणा। सारियां संगतां दा धन्नवाद जी आयां नूं। आओ हुण गुरु स्तोत्र विच बोलो, उपरंत अरदास विच जुड़ना, साहिब जी दे पावन हुकमनामा साहिब सरवण करके पूरी समाप्ती उपरंत गुरु पातशाह जी दे पावन सरूपां नूं निघी विदायगी दे के फिर अपने घरां नूं जाण दी कृपालता करनी है। नगर सिद्धूवाल विखे चल रहे पंज रोजा गुरमत समागम रात समाप्त होए है, बहुत आनंद माणिया संगतां ने। इस इलाके दियां भी बहुत सारियां संगतां निरंतर हर रोज उत्थे हाजरी भरदियां रहियां, उन्हां संगतां दा दास तहे दिलों धन्नवादी है। जदों अपने इलाके की संगत जांदी गुरमुख इदां लगदा कि पिछे गुरु महाराज दा हथ है, संगतां दा हथ ते गुरु दा हथ, फिर अंदर नूं बहुत हौसला हुजाई हुंदी है। इसे तरह कल रात तो लैके तीन दिवान नेड़े जगराओं सिद्धवा खुरद नगर विखे सज रहे हैं,
ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ। ਜੇ ਕਿਸੇ ਗੁਰਸਿੱਖ ਵੀਰ ਦੇ ਮਨ ਚ ਚਾਹ ਉਤਸ਼ਾਹ ਹੋਵੇ ਗੁਰੂ ਕੇ ਜਹਾਜ਼ੇ ਚੜ੍ਹਨ ਦਾ, ਆਪ ਜੀ ਜਥੇ ਨਾਲ ਸੰਪਰਕ ਕਰਕੇ ਉੱਥੇ ਖੰਡੇ ਬਾਟੇ ਦੀ ਪੌਲ ਲੈ ਕੇ ਸਾਹਿਬ ਜੀ ਦੇ ਇਸ ਸਕੂਲ ਦਾ ਦਾਖਲਾ ਲੈ ਸਕਦੇ ਹੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਆਓ ਸਾਰੇ ਪਿਆਰ ਵਿੱਚ ਭਿੱਜ ਕੇ ਜਪੀਏ ਜੀ। ਤਨ ਹੈ ਤਨ ਹੈ ਤਨ ਹੈ ਗੁਰੂ ਨਾਨਕ ਦੇਵ ਜੀ ਤਨ ਹੈ। ਸਾਰੇ ਜਪੋ ਤਨ ਹੈ ਤਨ ਹੈ ਤਨ ਹੈ ਗੁਰੂ ਅੰਗਦ ਦੇਵ ਜੀ ਤਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਮਰਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਰਾਮਦਾਸ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਅਰਜਨ ਦੇਵ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਰਾਏ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਸਾਹਿਬ ਧਨ ਹੈ। ਗੱਜ ਕੇ ਬੋਲੋ ਧਨ ਹੈ ਧਨ ਹੈ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ
तेरा पंथ खालसा धन है, सतनाम श्री वाहिगुरु बोल, सतनाम श्री वाहिगुरु बोल, वाहिगुरु बोल कदे ना डोल, वाहिगुरु बोल कदे ना डोल, वाहिगुरु 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 सारे बोलो वाहिगुरु 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 बोल प्यारिया,
तेरा मिठड़ा लगेगा बोल प्यारिया वाहगुरु 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 बोल वाहगुरु बोल कदे ना डोल वाहगुरु बोल कदे ना डोल सतनाम श्री वाहगुरु बोल सतनाम श्री वाहगुरु बोल वाहगुरु जी का खालसा वाहिगुरु जी की फतेह तू ठाकुर तुम